ਪਤੈਂਤੇ ਬੀ ਇੱਕ ਜਿਹੜਾ ਕਿਹੜਾ ਹੁੰਦਾ ਲਾ ਪਤੈਂਤੇ ਦੀ ਕੈਟੇਗਰੀ ਹੈ ਬੀ ਉਹਨੂੰ ਜਿਹੜਾ ਬੀ ਉਹਨੂੰ ਦਾ ਹੁੰਦਾ ਸੀ ਪੋ ਐਸਰੇ ਕੰਸਟੀਬਿਊਟਾ ਸ਼੍ਰੇ ਦੀ ਚਾਨੀ ਪੇ ਜਦੋਂ ਤੁਹਾਡੀ ਉਮਰ 16 ਸਾਲ ਦੀ ਹੁੰਦੀ ਹੈ ਤੁਸੀਂ ਇਹ ਉਸ ਵੇਲੇ ਲੈ ਸਕਦੇ ਹੋ ਜਿਹੜਾ ਪਤੈਂਤੇ ਬੀ ਇੱਕ ਹੈ ਜਿਹਨੂੰ ਕਹਿੰਦੇ ਆ ਅਬਲੀਤਾ ਆ ਕੰਦੂਰੇ ਹਲਕੂਨੀ ਤੀਬੀ ਦੀ ਕੁਦਰੀ ਚੀਕਲੀ ਨੌਨ ਲੈਜੇਰੀ ਇਹਦੇ ਨਾਲ ਤੁਸੀਂ ਕੁਛ ਪ੍ਰਕਾਰ ਦੀਆਂ ਜਿਹੜੀਆਂ ਗੱਡੀਆਂ ਚਲਾ ਸਕਦੇ ਹੋ ਸਾਰੀਆਂ ਨਹੀਂ ਉਹਨਾਂ ਦੀ ਲਿਮਿਟ ਹੁੰਦੀ ਹੈ ਕਿਹੜੀ ਚਲਾਉਣੀ ਅਬਲੀਤਾ ਆ ਕੰਦੂਰੇ ਕੁਦਰੀ ਚੀਕਲੀ ਨੌਨ ਲੈਜੇਰੀ ਕੌਨ ਮਨੋਵਰੀ ਕੁਆਦ ਮਨੋਵਰੀ ਕੁਆਦ ਹੁੰਦਾ ਜਿਹੜਾ ਕੁਆਦ ਦਾ ਹੁੰਦਾ ਆਹ ਵਾਲਾ ਫੋਟੋ ਵਿੱਚ ਜ਼ਿਆਦਾ ਵਧੀਆ ਲੱਗਣਾ ਆਹ ਵਾਲੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਮੋਟਰਸਾਈਕਲਾਂ ਦਾ ਹੁੰਦਾ ਆਹ ਇਹਦੇ ਨਾਲ ਤੁਸੀਂ ਉਹ ਵਾਲਾ ਚਲਾ ਸਕਦੇ ਜਿਹਨਾਂ ਨੂੰ ਜਿੱਦਾਂ ਆਪਣੇ ਇੰਡੀਆ 'ਚ ਸਕੂਟਰਾਂ ਵਾਲਾ ਹੈਂਡਲ ਜਿਹਨਾਂ ਨੂੰ ਲੱਗਾ ਹੁੰਦਾ ਜਿਹੜਾ ਬੀ ਇੱਕ ਆ ਤੁਸੀਂ ਇਹਨਾਂ ਉਹ ਚਲਾ ਸਕਦੇ ਹੋ ਅਬਲੀਤਾ ਲਾਪਤਾ ਜੀ ਵੀ ਉਹਨੂੰ ਅਬਲੀਤਾ ਕੰਦੂਰੇ ਮੋਟਰਸਾਈਕਲੀ ਮੋਟਰਸਾਈਕਲ ਚਲਾ ਸਕਦੇ ਆ ਕੌਨ ਨੂੰ ਸ਼ੈਂਸਾ ਕਰ ਉਤਸਾਹਿਤ ਆ ਦੀ ਚਲਿੰਦਰਾ ਤਾਂ 125 ਚਲਿੰਦਰਾ ਤਾਂ ਜਿਹੜਾ ਹੋਵੇ ਉਹ ਤੱਕ ਦੀ ਪੋਟੈਂਸ਼ੀਅਲ ਸੁਪੀਰੀਅਰ 11 ਕਿਲੋਵਾਟ ਇੱਕ ਰਪੋਰਟ ਤੋਂ ਦੀ ਪੋਟੈਂਸ਼ੀਅਲ ਪੇਜ ਨੌਨ ਸੁਪੀਰੀਅਰ 0.29 ਕਿਲੋਵਾਟ ਇਹ ਫਾਲਸ ਹੋ ਕਿਉਂਕਿ ਇਹਨਾਂ ਤੁਸੀਂ ਇਹ ਨਹੀਂ ਚਲਾ ਸਕਦੇ ਸੀ ਪੋਰਸ਼ਨ ਕੰਦੂਰੇ ਤੂਤੀ ਤ੍ਰਿਚਿਕਲੀਆ ਮੋਟੋਰੇ ਮੈਂ ਸੋਲੋ ਸੇਲ ਕੰਦੂ ਚਾਹੁੰਦੇ ਆ ਹੁਣ ਕੰਪਿਊਟਰ ਦੀ ਚੌਥਾ ਨਹੀਂ ਅਤੇ ਹਰ ਪ੍ਰਕਾਰ ਦੀਆਂ ਤੁਸੀਂ ਤ੍ਰਿਚਿਕਲੀ ਚਲਾ ਸਕਦੇ ਆ ਫਾਲਸ ਇਸ ਕਰਕੇ ਨਹੀਂ ਲਿਖਿਆ ਤੂਤੀ ਤ੍ਰਿਚਿਕਲੀਆ ਮੋਟੋਰੇ ਕਿਉਂਕਿ ਕੁਛ ਪ੍ਰਕਾਰ ਦੀਆਂ ਹੁੰਦੀਆਂ ਅਬਲੀਤਾ ਕੰਦੂਰੇ ਲਈ ਆਉਤੋ ਬੇਤੋਰੇ ਮੋਨੋਪੋ ਆਉਤੋ ਬੇਤੋਰੇ ਮੋਨੋਪੋਸਟ ਜਿਨ੍ਹਾਂ ਦੇ ਵਿੱਚ ਇੱਕ ਸੀਟ ਹੁੰਦੀ ਆ ਉਹ ਕੋਨੂੰ ਮਾਸੀਮੋ ਤਰੇ ਪੋਸਟ ਜਾਂ ਫਿਰ ਜਿਨ੍ਹਾਂ ਵਿੱਚ ਤਿੰਨ ਸੀਟਾਂ ਹੁੰਦੀਆਂ ਕੁੰਪੋਰੇਜ਼ੋ ਇਲ ਕੰਦੂ ਚੈਂਤੇ ਹੁਰਕੇ ਸੀ ਚੀਜ਼ ਕੋਲ ਸੈਂਸਾ ਪਸੇਜੇਰੀ ਅਬੋਰਡ ਤੋਂ ਸ਼ਰਤ ਇਹ ਹੈ ਵੀ ਬਿਨ ਤੁਸੀਂ ਆਪਣੇ ਨਾਲ ਸਵਾਰੀਆਂ ਬਿਠਾਲ ਕੇ ਨਹੀਂ ਲੈ ਕੇ ਜਾ ਸਕਦੇ ਫਾਲਸ ਹੋਵੇ ਵੀ ਅਬਲੀਤਾ ਅੰਕੇ ਲਾ ਗੁਈਦਾ ਦੀ ਵੇਹਿਕੁਲੀ ਕਿਸੇ ਪੋਸਟ ਨੂੰ ਕੰਦੂਰ ਦੇ ਕੋਲ ਲਾਓ ਉਹਨੂੰ ਪੇ ਇਹਦੇ ਨਾਲ ਜਿਹੜੀਆਂ ਤੁਸੀਂ ਆ ਉਹਨੂੰ ਨਾ ਗੱਡੀਆਂ ਚਲਾ ਸਕਦੇ ਆ ਉਹ ਵੀ ਵਹੀਕਲ ਤੁਸੀਂ ਇਹਦੇ ਨਾਲ ਚਲਾ ਸਕਦੇ ਆ ਇਹ ਫਾਲਸ ਵਾ ਕਿਉਂਕਿ ਇਹਨਾਂ ਨਹੀਂ ਤੁਸੀਂ ਚਲਾ ਸਕਦੇ ਕਿਉਂਕਿ 16 ਸਾਲ ਦਾ ਜਦੋਂ ਤੁਸੀਂ ਹੁੰਦੇ ਉਦੋਂ ਤੁਹਾਨੂੰ ਮਿਲਦਾ ਇਹ ਕੰਸਟੀਗੁਈਰ ਲਾ ਪਤੈਂਤੇ ਦੀ ਕੈਟੇਗਰੀ ਹੈ ਬੀ ਦੁਬਰਾ ਸੋਸਟੇਨਰ ਸੋਲੋ ਐਗਜ਼ਾਮੇ ਥਿਓਰੀਕੋ ਇੰਟੇਗਰਾਟਿਵੋ ਕਹਿਣ ਦਾ ਮਤਲਬ ਕੀ ਹੈ ਕਹਿੰਦੇ ਵੀ ਜਿਹਨਾਂ ਕੋਲ ਬੀ ਏ ਵਾਲਾ ਹੈਗਾ ਆ ਉਹਨਾਂ ਨੂੰ ਸਿਰਫ ਥਿਓਰੀ ਪਾਸ ਕਰਨ ਦੀ ਲੋੜ ਆ ਆਪਣੀ ਪ੍ਰੈਕਟੀਕਲ ਦੇਣ ਦੀ ਲੋੜ ਹੈ ਨਹੀਂ ਗੀ ਇਸ ਕਰਕੇ ਫਾਲਸ ਹੁੰਦਾ ਕਿਉਂਕਿ ਪ੍ਰੈਕਟੀਕਲ ਦੇਣ ਦੀ ਵੀ ਲੋੜ ਹੁੰਦੀ ਹੈ ਨਾਲ ਇਸ ਕਰਕੇ ਫਾਲਸ ਹੋ ਪਤੈਂਤੇ ਬੀ ਜਿਹੜਾ ਸਾਡਾ ਮੇਨ ਪਤੈਂਤੇ ਆ ਇਹਦੇ ਉੱਤੇ ਆਉਂਦੇ ਹਾਂ ਇਹਦੇ ਇਹਦੇ ਲਈ ਕੀ ਹਿਸਾਬ ਦਾ ਵਾ ਅਬਲੀਤਾ ਕੰਦੂਰੇ ਲਈ ਆਉਤੋ ਵੇਹਿਕਲ ਦੀ ਮਾਸ਼ਾ ਆਉਤੋ ਦੀ ਜ਼ਿਆਦਾ ਨੌਨ ਸੁਪਰੀਅਰ 53.53 ਲਾ ਅਤੇ ਫਿਰ 3.5 ਟਨ ਤੋਂ ਜ਼ਿਆਦਾ ਅਸੀਂ ਗੱਡੀਆਂ ਜਿਹੜੀਆਂ ਉਹ ਨਹੀਂ ਚਲਾ ਸਕਦੇ ਦੇਸ਼ੀ ਨਾ ਤੇਲ ਟਰਾਂਸਪੋਰਟ ਦੀ ਨੌਨ ਪਿਓ ਦੀ ਆਉਤੋ ਪਰਸੋਨੈਲ ਕੰਦੂ ਚਾਹੀਦੇ ਕਹਿਣ ਦਾ ਮਤਲਬ ਕੀ ਹੈ ਵੀ ਤੁਸੀਂ 8 ਬੰਦਿਆਂ ਤੋਂ ਜ਼ਿਆਦਾ ਜਿਹੜੀ ਗੱਡੀ ਆ ਉਹ ਨਹੀਂ ਚਲਾ ਸਕਦੀ ਤਾਂ ਉਹਦਾ ਭਾਰ ਜਿਹੜਾ 3.5 ਟਨ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਅਬਲੀਤਾ ਕੰਦੂਰੇ ਲਈ ਆਉਤੋ ਬੇਤੂਰ ਤੁਸੀਂ ਇਹਨਾਂ ਨਾਲ ਗੱਡੀਆਂ ਚਲਾ ਸਕਦੇ ਆ ਅੰਕ ਇਸੇ ਤਰ੍ਹਾਂ ਇਨਾਨ ਦੀ ਉਹਨ ਰਿਮੋਰਕਿਓ ਲੈਜੇਰੋ ਜਿਹੜਾ ਭਾਰ 750 ਕਿਲੋ ਹੋਊਗਾ ਫਿਰ ਤੁਸੀਂ ਇੱਕ ਰਿਮੋਰਕਿਓ ਵੀ ਲੈ ਕੇ ਜਾ ਸਕਦੇ ਹੋ ਨਾ ਜਿਹੜਾ ਭਾਰ ਜ਼ਿਆਦਾ 750 ਕਿਲੋ ਹੋਵੇ ਅਬਲੀਤਾ ਕੰਦੂਰੇ ਲਈ ਆਉਤੋ ਕਾਰਬਨ ਦੀ ਮਾਸਾ ਮਾਸੀਮਾ ਆਉਤੋ ਦੀ ਜ਼ਿਆਦਾ ਨੌਨ ਸੁਪਰੀਅਰ ਤੁਸੀਂ ਆਉਤੋ ਕਾਰਬਨ ਵੀ ਚਲਾ ਸਕਦੇ ਪਰ ਉਹਨਾਂ ਦਾ ਭਾਰ 3.5 ਤੋਨੇ ਲੱਤ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਅਬਲੀਤਾ ਕੰਦੂਰੇ ਲਈ ਮਾਕੀ ਨਗਰੀ ਕੋਲ ਕੰਪਰੇਸ਼ਰ ਕੋਲ ਦੇਫਨੀ ਅਤੇ ਇੱਚ ਇੱਚ ਨਾਲੀ ਤੁਸੀਂ ਜਿਹੜੇ ਮਾਕੀ ਨਗਰੀ ਕੋਲ ਗੱਡੀਆਂ ਹੋ ਗਈਆਂ ਟਰੈਕਟਰ ਹੋ ਗਏ ਇਹ ਖੇਤੀਬਾੜੀ ਵਾਲੀਆਂ ਜਿਹੜੀਆਂ ਗੱਡੀਆਂ ਉਹ ਸਾਰੀਆਂ ਤੁਸੀਂ ਚਲਾ ਸਕਦੇ ਆ ਜਿਹੜੇ ਇੱਚ ਇੱਚ ਨਾਲੀ ਹੁੰਦੇ ਆ ਉਹ ਵੀ ਤੁਸੀਂ ਚਲਾ ਸਕਦੇ ਆ ਅਬਲੀਤਾ ਆ ਕੰਦੂਰੇ ਲਈ ਆਉਤੋ ਵੇਤੂਰੇ ਤਰ੍ਹਾਂ ਇਹਨਾਂ ਦੇ ਹੁਣ ਰਿਮੋਰਕਿਓ ਨੌਨ ਲੈਜੇਰੋ ਮਾਸਾ ਉਲਤਰੇ 75 ਗ੍ਰਾਮ ਪੁਰਕੇ ਲਾ ਮਾਸਾ ਮਾਸੀਮਾ ਉਤੋਰੀਜ਼ਾ ਤਾਂ ਕੰਪਲੈਸ਼ਨ ਨੌਨ ਸੁਪੀਰੀਅਰ 3.53 ਲਾ ਅਤੇ ਕਹਿਣ ਦਾ ਭਾਵ ਕੀ ਆ ਵੀ ਤੁਸੀਂ ਇੱਕ ਰਿਮੋਰਕਿਓ ਖਿੱਚ ਸਕਦੇ ਆ ਪਰ ਜਿਹੜਾ ਰਿਮੋਰਕਿਓ ਖਿੱਚ ਕੇ ਜਿਹੜੀ ਤੁਹਾਡੀ ਗੱਡੀ ਦਾ ਟੋਟਲ ਭਾਰ 3.5 ਟਨ ਤੋਂ ਜ਼ਿਆਦਾ ਨਹੀਂ ਵਧਣਾ ਚਾਹੀਦਾ ਕੋਲਾ ਕੈਟੇਗਰੀ ਅਦ ਵੀ ਸੀ ਕੰਸੈਂਟੀ ਦੀ ਗੁਇਦਾਰ ਮਾਸ਼ੋਲੋ ਸੁਲਤੇਰੀ ਤੋੜੀ ਨੈਸ਼ਨਲ ਸਿਰਫ ਇਟਲੀ ਦੇ ਵਿੱਚ ਇਹ ਵਹੀਕਲ ਕਿਸੇ ਪਰਸਨ ਨੂੰ ਕੰਦੂਰੇ ਕੋਲਾ ਪਤੈਂਤੇ ਆ ਉਹਨੂੰ ਬੀ ਦੇ ਨਾਲ ਜਿਹੜੇ ਪਤੈਂਤੇ ਆ ਉਹਨਾਂ ਦੇ ਨਾਲ ਤੁਸੀਂ ਗੱਡੀਆਂ ਉਹ ਵੀ ਚਲਾ ਸਕਦੇ ਆ ਪਰ ਸਿਰਫ ਅਤੇ ਸਿਰਫ ਇਟਲੀ ਦੇ ਵਿੱਚ ਲਾ ਪਤੈਂਤੇ ਵੀ ਅਬਲੀ ਤਾਂ ਅੰਕਲ ਅਲਾ ਗੁਇਦਾ ਦੀ ਵਹੀਕਲ ਕਿਸੇ ਪਰਸਨ ਨੂੰ ਕੰਦੂਰੇ ਕੋਲਾ ਐਮਏ ਬੀ ਉਹਨੂੰ ਵੀ ਜਿਹੜਾ ਏ ਐਮ ਤੇ ਬੀ ਇੱਕ ਨਾਲ ਜਿਹੜੀਆਂ ਤੁਸੀਂ ਗੱਡੀਆਂ ਚਲਾ ਸਕਦੇ ਆ ਉਹ ਵਾਲੀਆਂ ਗੱਡੀਆਂ ਤੁਸੀਂ ਬੀ ਦੇ ਨਾਲ ਵੀ ਚਲਾ ਸਕਦੇ ਆ ਕੰਸੈਂਟੀ ਦੀ ਗੁਇਦਾਰ ਸੋਲੋ ਸੋਲ ਟੈਰੀਟੋਰੀਓ ਨੈਸ਼ਨਲ ਇਹ ਸੇਲ ਕੰਦੂਚੈਂਦੇ ਅਲਮੇਨੋ 21 ਇਟਲੀ ਸਿਰਫ ਅਤੇ ਸਿਰਫ ਇਟਲੀ ਦੀ ਧਰਤੀ ਤੇ ਤੇ ਅਗਰ ਜਿਹੜਾ ਡਰਾਈਵਰ ਆ ਉਹਦੀ ਉਮਰ 21 ਸਾਲ ਹੋ ਗਈ ਹੈ ਇਹ ਤ੍ਰਿਚਿਕਲੀਆ ਮੋਟੋਰੇ ਦੀ ਪੋਟੈਂਸ਼ੀਅਲ ਸੁਪਰੀਅਰ
15 kW ਤੇ ਘੱਟ ਤੋਂ ਘੱਟ ਉਮਰ 21 ਸਾਲ ਹੋਣੀ ਚਾਹੀਦੀ ਆ ਤੇ ਇਟਲੀ ਦੇ ਵਿੱਚ ਜਿਹੜੇ ਤ੍ਰੀਸਿਕਲੀ ਆ ਮੋਟਰ ਦੇ ਤਿੰਨ ਟਾਇਰਾਂ ਵਾਲੇ ਹੁੰਦੇ ਆ ਜਿਨ੍ਹਾਂ ਦਾ ਪੋਟੈਂਸ਼ੀਅਲ 15 ਕਿਲੋਵਾਟ ਤੋਂ ਜ਼ਿਆਦਾ ਹੁੰਦਾ ਲਾ ਪਤੈਂਤੇ ਵੀ ਅਬਲੀ ਤਾਂ ਕੋਂਦੂਰ ਲੈ ਆਉਤੋ ਕਰ ਰਹੀ ਦੀ ਮਾਸਟਰ ਮਾਸੀਮਾ ਉਤਰਿਦਾ ਤਾਂ ਨੂੰ ਸੁਪਰੀਅਰ 3.5 ਤੋਂ ਨੈਲਾਤੇ ਅੰਕ ਸ਼ਤਰਾਈਆਂ ਹੀ ਤੋਂ ਰਿਮੋਰਕਿਓ ਮਾਸਟਰ ਫਿਨੋ 700 ਗ੍ਰਾਮੀ ਕਹਿਣ ਦਾ ਭਾਵ ਕਿ ਤੁਸੀਂ ਇੱਕ ਫਰਗੁਨਾ ਟਰੱਕ ਵੀ ਚਲਾ ਸਕਦੇ ਹਾਂ ਪਰ ਜਿਹੜਾ ਭਾਰ 3.5 ਤੇ ਸਾਢੇ 3 ਟਨ ਨਾ ਹੋਵੇ ਭਾਵੇਂ ਉਹਦੇ ਨਾਲ ਇਹ 750 ਕਿਲੋ ਦਾ ਦੋ ਹੋਵੇ ਟਰੱਕ ਨਹੀਂ ਜਾਣੀ ਤੁਸੀਂ ਜਿਹੜਾ ਫਰਗੁਨਾ ਚਲਾ ਸਕਦੇ ਇਹਦਾ ਮਤਲਬ ਇੱਥੇ ਹੀ ਬਣਦਾ ਕੌਨਸੈਂਤੇ ਦੀ ਤੁਤੀ ਈਟੀਪੀ ਦੀ ਕੁਆਦਰੀਸੀਕਲੀਆ ਮੋਟੋਰੇ ਪੇ ਹਰ ਪ੍ਰਕਾਰ ਦੀ ਤੁਸੀਂ ਪੀ ਦੇ ਨਾਲ ਗੱਡੀ ਚਲਾ ਸਕਦੇ ਆ ਕੁਆਦਰੀਸੀਕਲੋ ਮੋਟੋਰੇ ਲਾ ਪਤੈਂਤੇ ਦੀ ਕੈਟੇਗਰੀ ਵੀ ਅਬਲੀ ਤਾਂ ਅੰਕੇ ਲਗਵੀਦਾ ਦੀ ਵੀਕਲੀ ਕਿਸੇ ਪਰਸਨ ਕੋ ਦੂਰੇ ਕੋ ਲਾ ਆਦੂਏ ਆ ਕਹਿੰਦੇ ਜਿਹੜਾ ਆਦੂਏ ਤੇ ਆ ਵਾਲੀਆਂ ਗੱਡੀਆਂ ਤੁਸੀਂ ਉਹ ਵੀ ਚਲਾ ਸਕਦੇ ਆ ਫਾਲਸੋ ਕਿਉਂਕਿ ਤੁਹਾਨੂੰ ਪਤਾ ਆਦੂਏ ਤੇ ਆ ਨਾ ਆਪਾਂ ਪਹਿਲਾਂ ਪੜ੍ਹਿਆ ਸੀ ਕਿਹੜੀਆਂ ਗੱਡੀਆਂ ਆਪਾਂ ਚਲਾ ਸਕਦੇ ਹਾਂ ਲਾ ਪਤੈਂਤੇ ਦੀ ਕੈਟੇਗਰੀ ਵੀ ਅਬਲੀ ਤਾਂ ਗੁਈਦਾ ਲਿਆ ਤੂੰ ਦੇਸੀ ਨਾ ਦਿੱਤੀ ਅਲਟਰਾਸਪੋਰਟ ਤੋਂ ਮਾਸ਼ੀਮੋ ਸੇਦੀ ਜੀ ਪੋਸਤੀ ਪੇ ਜਿਹੜੀ ਉਹ ਬੱਸਾਂ ਵੀ ਚਲਾ ਸਕਦੇ ਹਾਂ ਜਿਨ੍ਹਾਂ ਦੇ ਵਿੱਚ 16 ਪੋਸਤੀ ਹੋਵੇ ਤੁਹਾਨੂੰ ਪਤਾ ਫਿਰ ਤੁਸੀਂ 8 ਪੋਸਤੀ ਵਾਲੇ ਚਲਾ ਸਕਦੇ ਇਸ ਕਰਕੇ ਫਾਲਸੋ ਇਹ ਅਬਲੀ ਤਾਂ ਗੁਈਦਾ ਲਿਆ ਤੋ ਕਰ ਦੀ ਮਾਸ਼ਾ ਮਾਸ਼ੀਮਾ ਉਤਰੀ ਜਾਤਾ ਸੁਪਰੀਅਰ 3.5 ਟਨ ਤੇ ਮਾ ਨੋਨ ਸੁਪਰੀਅਰ 7.5 ਟਨ ਲਾ ਤੇ ਫਾਲਸੋ ਇਸ ਕਰਕੇ ਕਿਉਂਕਿ ਤੁਸੀਂ 3.5 ਟਨ ਲਾ ਦੇ ਤੋਂ ਨਹੀਂ ਜਾ ਸਕਦੇ ਇਸ ਕਰਕੇ ਫਾਲਸੋ ਇਹ ਲਿਖਿਆ ਮੈਂ ਨੋਨ ਸੁਪਰੀਅਰ ਹੈ ਫਿਰ 3.5 ਟਨ ਤੋਂ ਜ਼ਿਆਦਾ ਨਹੀਂ ਚਲਾ ਸਕਦੇ ਤੁਹਾਡੀ ਲਿਮਿਟ ਇੰਨੀ ਹੈ ਨਾ ਕਿ 7.5 ਟਨ ਮੇਰੀ ਪ੍ਰੀਮੀ ਤਰਿਆਨੀ ਦਲ ਕੌਣ ਸੇ ਵੀ ਮੈਂ ਤੁਹਾਨੂੰ ਤੁਹਾਨੂੰ ਤੇ ਪਹਿਲੇ 3 ਸਾਲ ਹੁੰਦੇ ਪਤੈਂਤੇ ਵੀ ਲਿਆ ਨੂੰ ਨੂੰ ਕੌਣ ਸੈਂਤੇ ਦਾ ਗੁਈਦਾ ਦੀ ਆਉਤੋ ਵਿਤੂਰ ਅਵੈਂਤੀ ਉਹਨਾਂ ਸਪੈਚੀ ਪੋਟੈਂਸ਼ੀਅਲ ਸਪੈਸੀਫਿਕਾ ਜਿਨ੍ਹਾਂ ਦੀ ਕੋਈ ਇੱਕ ਪ੍ਰਕਾਰ ਦੀ ਹੋਵੇ ਕੀ ਕਹਿੰਦੇ ਹੁੰਦੇ ਪਾਵਰ ਹੋਵੇ ਉਨੀ ਤੁਸੀਂ ਪਹਿਲੇ 3 ਸਾਲ ਨਹੀਂ ਚਲਾ ਸਕਦੇ ਸੁਪਰ ਇਹ ਉਹਦੇ 50 ਕਿਲੋਵਾਟ ਇਹ ਪੋਟੈਂਸ਼ੀਅਲ ਦੀ ਮਾਸਟਰੀ ਦੀ 70 ਕਿਲੋਵਾਟ ਕਹਿੰਦੇ ਜਿਹਦਾ ਪੋਟੈਂਸ਼ੀਅਲ 55 ਕਿਲੋਵਾਟ ਤੋਂ ਜ਼ਿਆਦਾ ਹੋਵੇ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ 70 ਕਿਲੋਵਾਟ ਤੋਂ ਹੋਣਾ ਚਾਹੀਦਾ ਫਾਲਸੋ ਇਸ ਕਰਕੇ ਜਿੱਥੇ ਤੱਕ ਮੈਨੂੰ ਯਾਦ ਹੈ 55 ਕਿਲੋਵਾਟ ਤੱਕ ਹੀ ਹੁੰਦਾ ਵੀ ਤੁਸੀਂ ਉਨੀ ਦੀ ਗੱਡੀ ਚਲਾ ਸਕਦੇ ਹੋ ਤੁਸੀਂ ਹਰ ਪ੍ਰਕਾਰ ਦੀ ਗੱਡੀ ਨਹੀਂ ਚਲਾ ਸਕਦੇ ਪਹਿਲੇ 3 ਸਾਲਾਂ 'ਚ ਇੰਨੀ ਵੀ ਬੀਜ ਲੈ ਕੇ ਪਹਿਲੇ ਤੁਸੀਂ ਮਰਸਡੀ ਚੱਕ ਲਾਏ ਸਰ ਅਬਲੀ ਤਾਂ ਕੰਦੂਰ ਲੈ ਮਾਖੀ ਨੇ ਉਪਰਾ ਤਰੀ ਸੀ HSC ਨਾਲੇ ਤੁਸੀਂ ਇਹਨਾਂ HSC ਨਾਲੇ ਜਿਹੜੇ ਮਾਕੇ ਦੇ ਹੁੰਦੇ ਉਹ ਵੀ ਚਲਾ ਸਕਦੇ ਆ ਅਬਲੀ ਤਾਂ ਕੰਦੂਰ ਆਉਂ ਤੋਂ ਵਿਤੂਰ ਅਲਮਾਸੀ ਨੂੰ ਸੋਲੋ ਲਿਆ ਉਤੋਂ ਵਿਤੂਰ ਕੋ 9 ਪੋਸਤੀ ਕੰਪਰੈਸਰ ਕੋ ਚੈਂਤੇ ਕਹਿੰਦੇ ਸਿਰਫ ਅਤੇ ਸਿਰਫ ਤੁਸੀਂ 9 ਸੀਟਰ ਗੱਡੀਆਂ ਚਲਾ ਸਕਦੇ ਹੋ ਫਾਲਸੋ ਇਸ ਕਰਕੇ ਤੁਸੀਂ ਸਾਰੇ ਪ੍ਰਕਾਰ ਦੀਆਂ ਚਲਾ ਸਕਦੇ ਇੱਦਾਂ ਸਿਰਫ ਲਿਮਿਟ ਹੁੰਦੀ ਉਸ ਟਾਈਮ ਦੀ ਕੌਨਸੈਂਤੇ ਦੇ ਕੰਦੂਰ ਆਉਂ ਤੋਂ ਵਿਤੂਰ ਅੰਕੇ ਸ਼ਤਰਾਈਨਾਂ ਤੀਰੇ ਮੋਰਕਿਓ 20 ਮਾਸਾਂ ਨੂੰ ਸੁਪਰੀਅਰ 3.5 ਟਨ ਲਾਤੇ ਪਏ ਤੁਸੀਂ ਉਹ ਵੀ ਚਲਾ ਸਕਦੇ ਹੋ ਜਿਨ੍ਹਾਂ ਦਾ 3.5 ਟਨ ਤੋਂ ਭਾਰ ਜ਼ਿਆਦਾ ਨਾ ਹੋਵੇ ਇਹ ਫਾਲਸੋ ਇਸ ਕਰਕੇ ਆ ਕਿਉਂਕਿ ਤੁਸੀਂ 750 ਗ੍ਰਾਮ ਜਿਹੜਾ ਤਰਾਈਨਾ ਆਉਂਦੇ ਉਹ ਤੋਂ ਨਹੀਂ ਕਰਾ ਸਕਦੇ ਇਸ ਕਰਕੇ ਫਾਲਸੋ ਇਹ ਕੌਨਸੈਂਤੇ ਦੀ ਗੁਈਦਾਰ ਉਹਨਾਂ ਤੋਂ ਵਿਤੂਰਾ ਕਿ ਤਰਾਈਨਾ ਉਹ ਰਿਮੋਰਕਿਓ ਪਰ ਤੁਸੀਂ ਉਹ ਗੱਡੀ ਚਲਾ ਸਕਦੇ ਜਿਹੜਾ ਇੱਕ ਰਿਮੋਰਕਿਓ ਖਿੱਚਦਾ ਹੋਵੇ con massa del complesso veicolare pari a 4.5 kg ਇਹ ਜਿਹੜਾ 4.5 ਟਨ ਭਾਰ ਹੋਵੇ ਇਸ ਕਰਕੇ ਫਾਲਸੋ ਕੋਈ ਜ਼ਿਆਦਾ ਤੋਂ ਜ਼ਿਆਦਾ ਜਿਹੜਾ 3.5 ਟਨ ਹੁੰਦਾ ਨਾ ਉਹ ਟੋਟਲ ਭਾਰ ਹੋਣਾ ਚਾਹੀਦਾ ਜਿਹੜਾ ਤਰਾਈ ਨਾਰੇ ਕਰਨਾ ਉਹ 750 ਕਿਲੋ ਹੋਣਾ ਚਾਹੀਦਾ ਤੇ ਨਹੀਂ 4500 ਕਿਲੋ ਲਿਖਿਆ ਕੌਨਸੈਗੁਈਤਾ 24 ਅਮਿਲੀਤਾ ਗੁਈਦਾ ਦੀ ਤੂਤੀ ਮੋਟਰਸਾਈਕਲੀ 24 ਸਾਲ ਦੀ ਉਮਰ 'ਚ ਹਰ ਪ੍ਰਕਾਰ ਦੇ ਮੋਟਰਸਾਈਕਲ ਚਲਾ ਸਕਦੇ ਹਾਂ ਫਾਲਸੋ ਕਿਉਂਕਿ ਸਾਰੇ ਨਹੀਂ ਤੁਸੀਂ ਚਲਾ ਸਕਦੇ ਕੌਨਸੈਂਤ ਦੀ ਗੁਈਦਾ ਦੀ ਤੂਤੀ ਲਿਆ ਉਤੋਂ ਕਰ ਰਹੇ ਤੁਸੀਂ ਸਾਰੀਆਂ ਉਤੋਂ ਕਾਰਵਾਨ ਚਲਾ ਸਕਦੇ ਫਾਲਸੋ ਇਸ ਕਰਕੇ ਤੁਸੀਂ 3.5 ਟਨ ਲਾਤੇ ਤੱਕ ਦੇ ਜਿਹੜੇ ਕਾਰਵਾਨ ਆ ਉਹੀ ਚਲਾ ਸਕਦੇ ਹਾਂ ਪਤੈਂਤੇ ਵੀ ਕੌਨਕੋ ਦੀ 99 ਸੀ ਜਿਹੜੇ ਪਤੈਂਤਿਆਂ ਦੇ ਵਿੱਚ 96 ਨੰਬਰ ਲਿਖਿਆ ਹੋਵੇ ਪਤੈਂਤੇ ਵੀ ਕੌਦਿਚੇ ਅਰਮਨਿਦਾ ਤੋਂ 99 ਸਾਈ ਜਿਹਦੇ ਵਿੱਚ 96 ਲਿਖਿਆ ਹੋਵੇ ਕੌਨਸੈਂਤੀ ਦੀ ਗੁਜ਼ਾਰਾ ਲਿਆ ਉਤੋਂ ਵਿਤੂਰੇ ਤਰਾਈਆਂ ਤੇ ਉਨ ਰਿਮੋਰ ਕਿ ਨੋਨ ਲੇਚੇਰੋ ਪੁਰਕੇ ਲਾ ਮਾਸਾ ਮਾਸੀ ਮਾ ਉਤੋਰਿਦਾ ਤਾਂ ਦਿਲ ਕੰਪਲੈਕਸ ਨੋਨ ਸੀ ਸੁਪਰੀਅਰ 4250 ਕਿਲੋਗ੍ਰਾਮ ਜਿਨ੍ਹਾਂ ਨੇ ਪਤੈਂਤੇ ਬੀ ਦੇ ਉੱਤੇ 96 ਲਿਖਿਆ ਹੋਵੇ ਨਾ ਉਹ ਨਾਲ ਗੱਡੀਆਂ ਚਲਾ ਸਕਦੇ ਤੇ ਗੱਡੀਆਂ ਦੇ ਨਾਲ ਇੱਕ ਰਿਮੋਰਕਿਓ ਵੀ ਖਿੱਚ ਸਕਦੇ ਆ ਜਿਹਦਾ ਭਾਰ ਟੋਟਲ 4250 ਕਿਲੋਗ੍ਰਾਮ ਤੋਂ ਜ਼ਿਆਦਾ ਨਾ ਹੋਵੇ ਵਾਇਸ ਕੌਨਸੈਗੁਈ ਤਾਂ ਅੰਕੇ ਸੁੱਚੇ ਸੀਮਾਵੈਂਤੇ ਅਲੱਗ ਕੌਨਸੈਗੁਈਵੈਂਤ ਦਿਲਾ ਪਤੈਂਤੇ ਬੀ ਜੋ ਤੁਸੀਂ ਬੀ ਲੈ ਲਿਆ ਬੀ ਤੋਂ ਬਾਅਦ ਇਹ ਪਤੈਂਤੇ ਲੈ ਸਕਦੇ ਆ ਸੁਪਰਾਂਦੋ ਉਹਨਾਂ ਗੁਈਦਾ ਦੀ ਉਹਨਾਂ ਪ੍ਰਭਾ ਦੀ ਗੁਈਦਾ
ਆ ਉਸ ਸਪੈਸੀਫਿਕ ਤੇ ਸਿਰਫ ਇਹ ਚ ਤੁਹਾਨੂੰ ਇਹ ਪ੍ਰੈਕਟੀਕਲ ਕਰਨ ਦੀ ਲੋੜ ਹੈ। ਉਹਨਾਂ ਨੇ ਤੁਹਾਨੂੰ ਇੱਕ ਗੱਡੀ ਫੜਾ ਦੇਣ ਨੂੰ ਕਹਿਣਾ ਚਲਾ ਕੇ ਦੇਖ ਲਾ, ਫਿਰ ਤਾਂ ਚਲਾ ਕੇ ਦੇਖ ਲਾ, ਤੇ ਉਹਨਾਂ ਨੇ ਤੁਹਾਨੂੰ ਉਹ ਦੇ ਦੇਣਾ ਹੁੰਦਾ। Puede ser anche contestualmente alla patente di categoria, vi devi dire nale, devi due cattivi carsade, sostenendo una prova di guida su specifico veicolo, tu si fa non hanno gardite per tale che da prova. Abilità alla guida di autoveicoli con un rimorchio non leggero, genato di para rimorchio legge, purché la massa massima autorizzata del complesso non sia superiore a 4.250 ਗ੍ਰਾਮੀ, ਪਰ ਸ਼ਰਤ ਇਹ ਹੈ ਕਿ ਉਹਦਾ ਜਿਹੜਾ ਟੋਟਲ ਭਾਰਾ 4,250 ਕਿਲੋਗ੍ਰਾਮ ਤੋਂ ਜ਼ਿਆਦਾ ਨਾ ਹੋਵੇ। ਫਿਰ ਗੁਦਾਰ ਵੈਤੂਰਾ ਕਿ ਤਰਾਈ ਨੂੰ ਰਿਮੋਰਕ ਨੂੰ ਲਿਜੇਰੋ ਕੌਨ ਮਾਸਾ ਮਾਸੀਮਾ ਅਟੋਰੀਜ਼ਾਤ ਦੈਲ ਕੰਪਲੈਕਸੋ 3.5 ਟਨ ਕਿਲੋਗ੍ਰਾਮੀ ਮਾ ਨੋਨ ਸੁਪਰੀਅਰ 4 ਇਹ ਸੁਫੀਚੈਂਤੇ ਫਿਰ ਕੌਨਸੀ ਗੁਦਾਰ ਪਤੰਤੇ ਵੀ ਦਲ ਕੋਦਿਸੇ ਕਹਿਣ ਦਾ ਭਾਵ ਕੀ ਹੈ, ਜੇ ਤੁਸੀਂ ਇੱਕ ਆਪਣੀ ਗੱਡੀ ਦੇ ਨਾਲ ਇੱਕ ਹੋਰ ਰਿਮੋਰਗਿਓ ਖਿੱਚਣਾ ਹੋਵੇ ਜਿਹਦਾ ਟੋਟਲ ਭਾਰ 4,250 ਕਿਲੋਗ੍ਰਾਮ ਤੋਂ ਜ਼ਿਆਦਾ ਨਾ ਹੋਵੇ, ਤਾਂ ਬਸ ਤੁਹਾਨੂੰ ਪਤੰਤੇ ਵੀ ਨਾਲ ਵੀ ਨਵਾਨਤਾ ਸਹੀ ਹੀ ਲੈਣ ਦੀ ਲੋੜ ਆ, ਹੋਰ ਇਹਦੇ ਨਾਲ ਕੁਛ ਕਰਨ ਦੀ ਲੋੜ ਨਹੀਂ ਹੈਗੀ। ਅਮਲੀ ਦਾ ਲਗਵੀ ਦਾ ਦੀ ਆਉਤੋ ਜੋ ਮਲਾਤੀ ਕੋਲ ਮਾਸਾ ਸੁਪਰ ਮਾਸਾ ਮਾਸੀ ਮਾਤੂ ਜ਼ਿਆਦਾ ਸੁਪਰੀਅਰ 4,250 ਗ੍ਰਾਮੀ ਮਨੂੰ ਸੁਪਰੀਅਰ 7,500 ਗ੍ਰਾਮੀ, ਕਹਿਣ ਦਾ ਮਤਲਬ ਕਹਿੰਦੇ ਵੀ ਤੁਸੀਂ ਉਹ ਗੱਡੀਆਂ ਦੋਈਆਂ ਵੀ ਬੜੇ ਟਰੱਕ ਵੀ ਚਲਾ ਸਕਦੇ ਹੋ ਜਿਨ੍ਹਾਂ ਦਾ ਭਾਰ 4,000-2,000 ਤੋਂ ਵੱਧ ਹੁੰਦਾ ਅਤੇ 7,500 ਤੋਂ ਵੱਧ ਨਹੀਂ ਹੁੰਦਾ, ਫਾਲਸਾ, ਕਿਉਂਕਿ ਇਹਨਾਂ ਤੁਸੀਂ ਉਹ ਨਹੀਂ ਚਲਾ ਸਕਦੇ। ਆਵਲੀ ਤਾਂ ਲਗੂਦਾ ਦੀ ਮੋਟੋਚਿਕਲੀ ਦੀ ਪੋਤੈਂਸਾ ਫੀਨੋ 35 ਕਿਲੋਵਾਟ, ਮੈਂ ਤੁਸੀਂ ਉਹ ਮੋਟਰਸਾਈਕਲ ਚਲਾ ਸਕਦੇ ਜਿਹੜੇ 35 ਕਿਲੋਵਾਟ ਤੱਕ ਜਿਨ੍ਹਾਂ ਦਾ ਪੋਤੈਂਸਾ ਹੋਵੇ। ਉਹ ਇਸੇ ਤਰ੍ਹਾਂ ਕੁੰਸਗੀ ਤਾਂ ਸੋਲੋ ਸੇ ਇਹ ਜਾਇਨ ਪ੍ਰੋਸੈਸੋ ਦਾ ਲਾ ਪਤੰਤੇ ਆ, ਸਿਰਫ ਅਤੇ ਸਿਰਫ ਅਗਰ ਤੁਹਾਡੇ ਕੋਲ ਪਤੰਤੇ ਇਹ ਆ ਤਾਂ ਹੀ ਤੁਸੀਂ ਪਤੰਤੇ ਇਹ ਵਾਲਾ ਬੀਜ ਨਵੰਤਾ ਸਹੀ ਕਰ ਸਕਦੇ ਹੋ, ਫਾਲਸ ਹੋ, ਕਿਉਂਕਿ ਤੁਸੀਂ ਡਾਇਰੈਕਟ ਵੀ ਇਹ ਕਰ ਸਕਦੇ ਹੋ। ਪਤੰਤੇ ਵੀ ਆਰਮ ਜਿੱਥੇ 96 ਲਿਖਿਆ ਹੋਵੇ, ਪੋਸਟ ਆਫ ਲਾ ਪਤੰਤੇ ਦੀ ਕੈਟੇਗੋਰੀ ਵੀ ਲਿਖਿਆ ਹੁੰਦਾ ਉੱਤੇ ਬੀ ਦੇ ਅਬਿਲਿਤਾ ਲਗਵੀਦਾ ਦੀ ਆਉਤੋ ਵੇਗਲੀ ਤਰਾਈਨਾਂਤੀ ਰਿਮੋਰਗੀ ਨੋਨ ਲੈਜੀਰੋ ਪੇ ਨੋਨ ਲੈਜੀਰੋ ਰਿਮੋਰਗੀ ਤੁਸੀਂ ਇਹਨਾਂ ਖੇਚ ਸਕਦੇ ਹੈ ਕੌਨ ਮਾਸਾ ਮਾਸੀਮਾ ਅਟੋਰੀਜ਼ਾਤਾ ਦੇਲ ਕੰਪਲੈਕਸੋ ਸੁਪਰੀਓਰ ਆ 4,250 ਗ੍ਰਾਮੀ, ਫਾਲਸ ਇਸ ਕਰਕੇ ਨਹੀਂ ਲਿਖਿਆ ਸੁਪਰੀਓਰ, ਇਹ ਹੁੰਦਾ ਨੋਨ ਸੁਪਰੀਓਰ, ਇਸ ਕਰਕੇ ਵੀਰੋ ਹੋਣਾ ਸੀ ਮਨੋਨ ਸੁਪਰੀਓਰ ਸਹੀ ਤੋਂ ਨਿਲਾ, ਅਤੇ ਫਾਲਸ ਇਸ ਕਰਕੇ ਆ ਕਿਉਂਕਿ ਇਹਨੀ ਨੋਨ ਸੁਪਰੀਓਰ 6,000 ਕਿਲੋ ਕਿਹਾ, ਅਗਰ ਨੋਨ ਸੁਪਰੀਓਰ ਇੱਥੋਂ ਕਹਿੰਦੇ ਤਾਂ ਇਸ ਕਰਕੇ ਫਿਰ ਹੋਣਾ ਹੈ। ਇੰਦਿਕਾ ਕੇਲਤੀ ਦੌਲਾਰੇ ਪੋ ਕੰਦੂਰੇ ਨਾਉ ਤੋਂ ਵੇਤੂਰਾ ਕੇ ਰਾਈਨਾ ਹੁਣ ਰਿਮੋਰਕਿਓ ਸੋਲੋ ਹੀ ਨਹੀਂ ਤਾਂ ਆ ਜਾ, ਕਹਿੰਦੇ ਵੀ ਸਿਰਫ ਸਿਰਫ ਇਟਲੀ ਦੇ ਵਿੱਚ ਇਹ ਬੰਦਾ ਗੱਡੀ ਚਲਾ ਸਕਦਾ, ਇਸ ਕਰਕੇ ਫਾਲਸ ਹੋ। ਲਾ ਪਤੈਂਤੇ ਵੀ ਏ ਅਬਲੀਤਾ ਕੰਦੂਰੇ ਕੰਪਲੈਕਸੀ ਦੀ ਵੇਹੀਕਲੀ ਕੰਪੋਸਤੀ ਦਾਉਨ ਆਉ ਤੋਂ ਵੇਹੀਕਲ ਦੀ ਮਾਸਾ ਮਾਸੀ ਮਾ ਅਪਰੇਟਰ ਇਹ ਦਾਉਨ ਰਿਮੋਰਕਿਓ ਦੀ ਮਾਸਾ 3.5 ਟਨ ਦਾ ਅੰਕਿਸ ਲਮਾਸਾ ਦੇ ਕੰਪਲੈਕਸ ਵੇਹੀਕੁਲਾਰੇ ਸੁਪਰੀਓਰੇ, ਇਹਦਾ ਮਤਲਬ ਕੀ ਹੈ ਜੀ, ਜਿਹੜਾ ਪਤੈਂਤੇ ਬੀ ਈ ਹੁੰਦਾ ਇਹਦੇ ਨਾਲ ਤੁਸੀਂ ਕਹਿੰਦੇ ਕਰ ਸਕਦੇ ਹੋ ਆਉਤੋ ਵੇਹੀਕਲ ਦੀ ਮਾਸਾ ਆਉਤੋਰੀ ਜਾਤਾ, ਜਿਹੜੀਆਂ 3.5 ਟਨ ਤੱਕ ਦੀਆਂ ਗੱਡੀਆਂ ਤੁਸੀਂ ਉਹ ਵਾਲੀ ਚਲਾ ਸਕਦੇ ਹੋ, ਅਤੇ ਨਾਲ ਉਹਨਾਂ ਨਾਲ ਇੱਕ ਜਿਹੜਾ ਰਿਮੋਰਕੀ ਹੁੰਦਾ ਉਹਨਾਂ ਦਾ ਭਾਰ ਵੀ 3.5 ਟਨ ਤੱਕ ਦਾ ਹੋਵੇ। ਅੰਕਿਸ ਲਮਾਸਾ ਦੇ ਕੰਪਲੈਕਸ ਵੇਹੀਕੁਲਾਰੇ ਇਹ ਸੁਪਰੀਓਰ 4,250 ਟਨ 4,250 ਕਿਲੋ, ਅਤੇ ਤੁਹਾਡੀ ਜਿਹੜੀ ਗੱਡੀ ਆ ਉਹਦਾ ਭਾਰ ਵੀ 3.5 ਟਨ ਤੱਕ ਹੋ ਸਕਦਾ, ਜਿਹੜਾ ਤੁਸੀਂ ਆਪਣਾ ਪਿੱਛੇ ਖਿੱਚ ਰਹੇ ਹੋ ਉਹਦਾ ਵੀ ਭਾਰ 3.5 ਟਨ ਹੋ ਸਕਦਾ, ਫਿਰ ਟੋਟਲ ਦੋਹਾਂ ਦਾ ਭਾਰ ਮਿਲਾ ਕੇ ਜੇ 4.2 ਤੋਂ 50 ਤੋਂ ਵੱਧ ਹੋਵੇ ਫਿਰ ਵੀ ਤੁਸੀਂ ਚਲਾ ਸਕਦੇ ਹੋ। ਫਿਰ ਕੋਈ ਦਾਇਰ ਉਹਨਾਂ ਤੋਂ ਵਿਤੂਰਾ ਕੇ ਤਰਾਈ ਨੂੰ ਰਿਮੋਰਕਿਓ ਦੀ ਮਾਸਾ ਮਾਸੀ ਮਾ ਉਤਰੀ ਜਾਤਾ 2 ਟਨ ਫਿਰ ਗੁਜ਼ਾਰ ਉਹਨਾਂ ਤੋਂ ਵਿਤੂਰਾ ਕਿ ਤਰਾਈ ਨੋ ਰਿਮੋਰਕਿਓ ਦੀ ਮਾਸਾ ਮਾਸੀ ਮਾ ਉਤਰੀ ਜਾਤਾ 2 ਟਨ ਲਾਤ ਹੈ, ਕਹਿੰਦੇ ਫਿਰ ਜੇ ਤੁਸੀਂ 2 ਟਨ ਤੱਕ ਜਿਹੜੀ ਗੱਡੀ ਚਲਾਉਣੀ ਹੈ ਜਿਹੜਾ ਖਿੱਚ ਸਕਦਾ ਇਹ ਮਾਸਾ ਮਾਸੀ ਮਾ ਉਤਰੀ ਜਾਤਾ ਦਿਲ ਵੇਹੀਕਲ ਪਾਲੀ ਆ 4,500 ਕਿਲੋਗ੍ਰਾਮ ਵੀ, ਜਿਹੜਾ ਟੋਟਲ ਭਾਰ ਆਪਾਂ ਖਿੱਚਣਾ ਉਹ 4,500 ਕਿਲੋ ਗ੍ਰਾਮ ਹੁੰਦਾ ਜਿਹੜਾ ਖਿੱਚ ਸਕਦੇ ਹਾਂ। ਐਨ ਐਚ ਸਾਰੇ ਅਵੇਰ ਅਵੇਰ ਕੌਂਸਲ ਵੀ ਤਾਂ ਆਪਾਂ 3 ਤੇ 20 ਹੈ ਕਿ ਤੁਹਾਨੂੰ ਲੋੜ ਆ ਕੇ ਬੀ ਈ ਵਾਲਾ ਲਾਇਸੈਂਸ ਤੁਹਾਡੇ ਕੋਲ ਹੋਵੇ। ਲਾ ਪਤੰਤੇ ਦੀ ਕੈਟੇਗੋਰੀ ਬੀ ਈ ਕੌਨ ਅਬਲੀ ਤਾਂ ਕੌਨ ਦੂਰ ਰਹੇ ਆਉਤੋ ਤਰੇਨੀ ਕੰਪੋਸਟ ਦਾ ਨੋ ਤੋ ਵੇਹੀਕਲ ਦੀ ਮਾਸ ਆਉਤੋ ਤਰੇਨੀ ਫਿਰ ਇਹਦੇ ਨਾਲ ਤੁਸੀਂ ਆਹ ਵਾਲੀਆਂ ਆਉਤੋ ਤਰੇਨੀਆਂ ਜਿਹੜੀਆਂ ਹੁੰਦੀਆਂ ਇਹ ਬੜੀਆਂ ਨਹੀਂ ਪਤੰਤੇ ਬੀ ਵਾਲੀਆਂ ਮੈਂ ਲਿਖਦਾ ਅਤੇ
ਆਟੋਟ੍ਰੇਨ ਪਤੇਨ ਤੇ ਵੀ ਆਹ ਵਾਲੇ ਜਿਹੜੇ ਹੁੰਦੇ ਆ ਆਟੋਟ੍ਰੇਨ ਛੋਟੇ ਜਿੱਦਾਂ ਆਹ ਵਾਲੀ ਹੋ ਗਈ ਹਾਂਜੀ ਇਹ ਵਾਲੇ ਬੜੀਆਂ ਬੜੀਆਂ ਨਹੀਂ ਇਹ ਜਿਹੜੇ ਛੋਟੇ ਹੁੰਦੇ ਜਿੱਦਾਂ ਚੂਚੇ ਚਾਚੇ ਲੱਦਣ ਵਾਲੇ ਹੁੰਦੇ ਵਾਲੇ ਕੰਪੋਸਟ ਦੀ ਦਾਉਨ ਆਉਟੋ ਵਹੀਕਲੋ ਦੀ ਮਾਸਾ ਮਾਸਿਮਾ ਆਉਟੋ ਦੀ ਦਾਤਾ ਫਿਨ ਤਰੇ ਪੁੰਤੋ ਚੀਂ ਕੋ ਤੋਂ ਲਾਤੇ ਵੀ ਤੁਸੀਂ ਕਹਿੰਦੇ ਇਹਦੇ ਨਾਲ ਉਹ ਆਟੋਟ੍ਰੇਨ ਹੀ ਚਲਾ ਸਕਦੇ ਆ ਜਿਨ੍ਹਾਂ ਦਾ ਟੋਟਲ ਭਾਰ 3,500 ਕਿਲੋਗ੍ਰਾਮ ਹੁੰਦਾ ਤੇ ਜਿਨ੍ਹਾਂ ਦਾ ਰਿਮੋਰਕਿਓ ਵੀ ਜ਼ਿਆਦਾ ਜ਼ਿਆਦਾ 3,500 ਕਿਲੋਗ੍ਰਾਮ ਤੱਕ ਜਾਂਦਾ ਇਹ ਥੋੜ੍ਹੀਆਂ ਜਿਹੜੀਆਂ ਕੰਫਿਊਜ਼ਨ ਵਾਲੀਆਂ ਜਿਹੜੇ ਕੈਟੇਗੋਰੀ ਹੈ ਬੀ ਈ ਹੈ ਇਹਦੇ ਨਾਲ ਤੁਸੀਂ ਉਹ ਸਾਰੇ ਗੱਡੀਆਂ ਚਲਾ ਸਕਦੇ ਆ ਜਿਹੜੀਆਂ ਏ ਐਮ ਬੀ ਐਮ ਅਤੇ ਬੀ ਨਵਾਂਤਾ ਸ਼ਾਹੀ ਸਾਰੀਆਂ ਹੀ ਇਹਦੇ ਨਾਲ ਬੀ ਈ ਨਾਲ ਬੀ ਏ ਦੇ ਨਾਲ ਤੁਸੀਂ ਆ ਸਾਰੀਆਂ ਆ ਐਮ ਏ ਬੀ ਯੂ ਨੂੰ ਬੀ ਅਤੇ ਬੀ ਯੂ ਨੂੰ ਇਹ ਸਾਰੀਆਂ ਹੀ ਗੱਡੀਆਂ ਤੁਸੀਂ ਇਹਦੇ ਨਾਲ ਇਸ ਲਾਇਸੈਂਸ ਨਾਲ ਚਲਾ ਸਕਦੇ ਆ ਫਿਰ ਕੰਦੂਰੇ ਉਹਨਾਂ ਤੋਂ ਵਹੀਕਲ ਦੀ ਮਾਸਾ ਮਾਸੀਮਾ ਤੁਸੀਂ ਅਗਰ 3,500 ਕਿਲੋਗ੍ਰਾਮ ਤੱਕ ਜਿਹੜੀ ਗੱਡੀ ਜੀ ਉਹ ਚਲਾਉਣੀ ਹੈ ਅਤੇ ਜਿਹਦੇ ਨਾਲ ਤੁਸੀਂ 1,000 ਕਿਲੋ ਦਾ ਜਿਹੜੀ ਸਮਾਨ ਢੋਨੇ ਆ ਇਹਨਾਂ 'ਚ ਸਾਰੀਆਂ ਵੇਰ ਕੰਪਿਊਟਰ ਵਾਲਾ ਪਤੇਨ 'ਤੇ ਵੀ ਤੁਹਾਡੇ ਕੋਲ ਬੀ ਈ ਵਾਲਾ ਪਤੇਨ 'ਤੇ ਹੋਣਾ ਚਾਹੀਦਾ ਫਿਰ ਕੰਦੂਰੇ ਨੌਂ ਤੋਂ ਵਹੀਕਲ ਦੀ ਮਾਸਾ ਮਾਸੀਮਾ ਆਉਤੋਰੀਜ਼ਾਤਾ ਪਾਰੀਆ ਕਹਿੰਦੇ ਜੇ ਤੁਸੀਂ 4,000 ਕਿਲੋਗ੍ਰਾਮ ਚਾਰ ਟਨ ਤੱਕ ਦੀ ਜਿਹੜੀ ਗੱਡੀ ਹੈ ਜੇ ਉਹ ਚਲਾਉਣੀ ਹੈ ਜਿਹਦੇ ਨਾਲ ਤੁਸੀਂ 2,000 ਟਨ ਤੱਕ ਖਿੱਚ ਸਕਦੇ ਹਾਂ ਤੁਹਾਨੂੰ ਬੀ ਈ ਦੀ ਲੋੜ ਹੁੰਦੀ ਹੈ ਫਾਲਸ ਇਸ ਕਰਕੇ ਕਿਉਂਕਿ 3,500 ਟਨ ਤੱਕ ਜਿਹੜਾ ਭਾਰ ਆ ਤੁਸੀਂ ਉਹ ਗੱਡੀ ਚਲਾ ਸਕਦੇ ਆਬਲੀਤਾ ਆ ਕੰਦੂਰੇ ਕੰਪਲੈਕਸੀ ਦੀ ਵਹੀਕਲ ਕੰਪੋਸਟ ਦਾ ਮਿੰਨੀ ਬੁਸ ਜਿਹੜੀ ਛੋਟੀ ਬੱਸ ਹੁੰਦੀ ਹੈ ਕਿ ਤਰਾਇਨਾ ਰਿਮੋਰਕਿਓ ਦੀ ਮਾਸਾ ਫਿਨੂ ਉਨੋ ਕੁੰਤੋ ਚਿੰਕੋ ਗਲਾਮ ਵੀ ਤੁਸੀਂ ਕਹਿੰਦੇ ਇੱਕ ਮਿੰਨੀ ਬੱਸ ਨੂੰ ਚਲਾ ਸਕਦੇ ਆ ਇਹ ਵੀ ਫਾਲਸੋ ਆ ਕਿਉਂਕਿ ਤੁਸੀਂ ਮਾਨੇ ਬੱਸ ਨਹੀਂ ਚਲਾ ਸਕਦੇ ਇਹ ਆਬਲੀਤਾ ਅੰਕੇ ਅਲਾ ਗੁਈਦਾ ਦੀ ਵਹੀਕਲ ਕੇਸੀ ਪੋਸਟ ਨੂੰ ਕੰਦੂਰੇ ਕੋਲ ਆ ਬੀ ਤੇ ਚੀ ਉਨੋ ਕਹਿੰਦੇ ਵੀ ਤੁਸੀਂ ਇਹਦੇ ਨਾਲ ਏ ਉਹਨੂੰ ਏ ਨਾ ਏ ਵਾਲੀਆਂ ਗੱਡੀਆਂ ਅਤੇ ਬੀ ਵਾਲੀਆਂ ਗੱਡੀਆਂ ਅਤੇ ਚੀ ਉਨੋ ਵਾਲੀਆਂ ਗੱਡੀਆਂ ਚਲਾ ਸਕਦੇ ਫਾਲਸ ਇਸ ਕਰਕੇ ਕਿ ਉਹ ਚੀ ਉਨੋ ਵਾਲੀਆਂ ਤੁਸੀਂ ਚਲਾ ਸਕਦੇ ਆਬਲੀਤਾ ਕੰਦੂਰੇ ਆਉਤੋ ਤਰੇਨੀ ਕੰਪੋਸਟ ਦੀ ਦਾਉਨ ਆਉਤੋ ਵਹੀਕਲੋ ਦੀ ਮਾਸਾ ਕੰਪਲੈਕਸੀਵਾ ਮਾਸੀਮਾ ਆਟੋਰੀਜ਼ਾਤਾ 3,500 ਤੋਨੇ ਲਾਤੇ ਅਤੇ ਜਿਨ੍ਹਾਂ ਦਾ ਭਾਰ 3.5 ਟਨ ਤੱਕ ਹੋਵੇ ਕਿ ਤਰ੍ਹਾਂ ਇਹਨਾਂ ਨੂੰ ਰਿਮੋਰਕੇ ਦੀ ਮਾਸਾ ਸੁਪਰੀਓਰੇ 3,500 ਤੋਨੇ ਲਾਤੇ ਅਤੇ ਜਿਹੜਾ ਭਾਰ ਸੁਪਰੀਓਰੇ ਕਰਦਾ ਫਾਲਸ ਇਸ ਕਰਕੇ ਅਤੇ ਨੋਨ ਸੁਪਰੀਓਰੇ ਹਨ ਇਸ ਕਰਕੇ ਫਾਲਸ ਹੋਆ ਅਤੇ ਜਿਹਦਾ ਭਾਰ ਆਪਣਾ 3.5 ਟਨ ਵਾ ਅਤੇ ਉਹ ਹੋਰ 3.5 ਟਨ ਤੱਕ ਖਿੱਚ ਸਕਦਾ ਇਸ ਕਰਕੇ ਫਾਲਸ ਹੋਆ Si può conseguire anche contestualmente con la categoria B, perché nel giro tu sei B cardena, nale B, tu sei B, I B cardena, sostenendo la prova di guida specifica del veicolo, che è una data non ma bisogna aver compiuto 21 anni, perché tu dimmi, e chi sa lo dice, e di escarche, e escarche B è falso, va bene. I casi in cui viene ritirata la patente, ma guarda, la patente è ritirare cosa vuole, cioè ritirare da matalo mandare che tu patente con o cosa vuole già andato a dire la patente viene immediatamente ritirata, ritirata più polsare l'elendia durante la circolazione di otto gigardi celane a seguito di una violazione che comporti le sanzioni accessorie della sospensione della patente. ਅਤੇ ਤੁਸੀਂ ਇੱਦਾਂ ਦੀ ਗਲਤੀ ਕੀਤੀ ਹੈ ਜਿਹਦੇ ਨਾਲ ਤੁਹਾਡਾ ਲਾਇਸੈਂਸ ਖੋ ਹੋਣਾ ਚਾਹੀਦਾ ਸਸਪੈਂਸ਼ਨ ਵੀ ਜਦੋਂ ਜਿਹਦੇ ਨਾਲ ਤੁਹਾਡਾ ਇਹ ਪਤੈਂਤ ਹੈ ਸਸਪੈਂਡਰ ਹੋ ਜਾਵੇ ਸਸਪੈਂਸ਼ਨ ਰਿਤੀਰੋ ਸਸਪੈਂਸ਼ਨ ਰੇਬੋਕਾ ਇਹਨਾਂ ਦਾ ਮਤਲਬ ਕੀ ਹੈ ਰਿਤੀਰੋ ਹੁੰਦਾ ਜਿਹੜਾ ਤੁਹਾਡਾ ਉਹਨਾਂ ਨੇ ਲਾਇਸੈਂਸ ਲੈ ਕੇ ਰੱਖ ਲੈਣਾ ਹੁੰਦਾ ਕਹਿਣਾ ਤੁਸੀਂ ਕੱਲ੍ਹ ਨੂੰ ਆ ਕੇ ਲੈ ਜਾਓ ਰੇਬੋਕਾ ਹੁੰਦਾ ਵੀ ਤੁਹਾਡੇ ਕੋਲ ਨਹੀਂ ਖੋਲਿਆ ਸਸਪੈਂਸ਼ਨ ਹੁੰਦਾ ਬਲੌਕ ਕਰਨਾ e viene ritirata durante la circolazione di un gaddi celane quando si è certi che il conducente guida con la patente di cui validità è scaduta già tutto uno non l'ha data per la tua patente o validità di validità o khatam ho gai scadere ho gai quando il conducente si è la guida di un stato di ebbrezza già tutto si è rap i che gaddi celane ho gai se vuole vittor da già la licenza o kho ho sada nel ritirare honda vado di dovara già che una to lesa se il conducente non sistema correttamente il carico mal di posto kehnda paava pichhe jehda samaan laddeya tu galat maaj laddeya ve khilar da janda hove dopo l'invito degli organi di polizia kehnda matlab raste ch samaan koi ladd ke leke jande te police wale tuhanu rok ke keh dende ve apna samaan set karo te tusi edde hi fir edde tur pande bina samaan set karte ho tuhanda license khol sakde ho us time de vich
Se a seguito di un incidente, agra accident hoya, son derivati lesioni a persone. Agra accident hoya hove, te kise bandere satta lagi hon ta thoda license, o rakh lende police wale pehle abhi mainu apna license phada do. Quando il conducente obbligato a sostenere un esame di revisione, jadon nu kende abhi tu apna license dwara test de, non vi è sottoposto nei termini prescritti. ਤੇ ਉਹ ਉਹ ਦੁਬਾਰਾ ਟੈਸਟ ਦੇਣ ਨਾ ਗਿਆ ਹੋਵੇ ਮੰਨ ਲਓ ਕਿਸੇ ਨੂੰ ਕਿਹਾ ਵੀ ਤੂੰ ਆਪਣਾ ਟੈਸਟ ਦੇ ਕੇ ਆ ਵੀ ਤੇ ਆਪਣਾ ਲੈ ਲੈਣਾ ਤੇ ਉਹ ਤੁਸੀਂ ਨਾ ਕੀਤਾ ਤੇ ਤੁਹਾਡਾ ਨਹੀਂ ਲੈ ਕੇ ਖੋ ਕੇ ਰੱਖ ਲੈਣਾ ਕਹਿੰਦੇ viene immediatamente ritirata quando il conducente trasporta un passeggero in stato di ebbrezza ਤੇ ਜਦੋਂ ਤੁਹਾਡੇ ਨਾਲ ਕੋਈ ਬੰਦਾ ਬੈਠਾ ਸ਼ਰਾਬੀ ਹੋਵੇ ਤੁਹਾਡਾ ਜੇ ਤੁਹਾਡੇ ਨਾਲ ਕੋਈ ਸ਼ਰਾਬੀ ਬੰਦਾ ਬੈਠਾ ਤੁਹਾਡਾ ਲਾਇਸੈਂਸ ਖੋ ਲੈਂਦੇ ਫਾਲਸ ਹੋ ਕਿਉਂਕਿ ਇਦਾਂ ਨਹੀਂ ਖੋਂਦੇ quando il conducente circola in Italia con la patente rilasciata di uno stato estero in cui residente, quindi se tu sei in Italia dove c'è gaddi chalare con la patente rilasciata da un stato esterno, quindi tu hai la licenza che si ora country da in cui è residente, dove tu hai la licenza che è falso, quindi e c'è ritiro non è. Se si circola con pneumatici di dimensioni diverse da quelle riportate sulla carta di circolazione, per dire tire tu hai la carta di circolazione te li ho tu sei un tire, non è un tire poi, io scrivo questo non molto andato. Tutte le volte che il conducente commette una violazione che comporta una decurtazione dei punti della patente. Decurtazione dei punti è una punti di 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 carta di circolazione in auto, tutta la patente ritirare calendar di scarica falso. Quando senza certificato di proprietà, io ho fatto di proprietà, cagge in auto, scarica falso. Revisione calotano crano, candy patente di un'edipa di guida. La revisione della patente di guida può essere disposta e calotano crano, che sa di. Quando sorgono dubbi che il conducente sia ancora in possesso di requisiti fisici e psichici scritti. Che andiamo a trovare che già dopo non la da più fisica torte, domani torte, di andare a halata o tigni, che non un sacco di pelle, o se vi leggo revisione carno che sarebbe. L'ufficio motor. La revisione delle patente può essere disposta quando sorgono dubbi che il conducente sia ancora in possesso dei requisiti fisici e psichici scritti. Okay. Può essere disposta dal motorizzazione civile o dal prefetto. Il prefetto vuole già motorizzazione civile e alleno revisione carcerale. Può essere disposta a seguito di un incidente stradale che ha procurato lesioni gravi alle persone. Peggiorò torno. ਬਹੁਤ ਐਕਸੀਡੈਂਟ ਹੋਇਆ ਤੇ ਸੱਟਾਂ ਲੱਗ ਗਈਆਂ ਬੰਦੇ ਜਿਹੜੇ ਮੋਰਲੇ ਬੰਦੇ ਤੁਹਾਡੇ ਨਹੀਂ ਮੋਰਲੇ ਬੰਦੇ ਜਿਨ੍ਹਾਂ ਐਕਸੀਡੈਂਟ ਹੋਇਆ ਉਹਨੂੰ ਜ਼ਿਆਦਾ ਗਹਿਰੀਆਂ ਸੱਟਾਂ ਲੱਗ ਜਾਣ ਉਸ ਵੇਲੇ ਤੁਹਾਡਾ ਰੀਤੀ ਉਹ ਰੀਤੀ ਰਾਰੇ ਕਰਦੇ ਤੇ ਰਿਵੀਜ਼ਨ ਕਰਨ ਨੂੰ ਕਹਿ ਦੇਣ ਵੀ ਦੁਬਾਰਾ ਕਰੋ ਜੀ ਪੁਆ ਐਸਰੇ ਡਿਸਪੋਸਤਾ ਕੋਲੋਰਾ ਸੋਰਗਨੋ ਦੁੱਬੀ ਕਿ ਇਲ ਕੰਡੂਚੈਂਟੇ ਸੀ ਅੰਕੋਰਾ ਇਨ ਪਰਸੈਸੋ ਦਾ ਲੀਦੋਨਿਤਾ ਟੈਕਨਿਕਾ ਦੀ ਗੀਦਾ ਵੀ ਜਦੋਂ ਉਹਨਾਂ ਨੂੰ ਸ਼ੱਕ ਪੈ ਜਾਂਦਾ ਕਿ ਬੰਦਾ ਇਹ ਗੱਡੀ ਚਲਾਉਣ ਦੀ ਹਾਲਾਤ ਚ ਹੈਗਾ ਕਿ ਗੱਡੀ ਚਲਾ ਸਕਦਾ ਜੇ ਉਹਨੂੰ ਛੱਕ ਪੈ ਜੇ ਕਹਿਣ ਦਾ ਮਤਲਬ ਆ ਵੀ ਇਹਨੂੰ ਗੱਡੀ ਚਲਾਣੀ ਨਹੀਂ ਆਉਂਦੀ ਭਈ ਤੂੰ ਦੁਬਾਰਾ ਆਪਣਾ ਲਾਇਸੈਂਸ ਕਰਕੇ ਇਸ ਕਰਕੇ ਲੋਬਲੀਗੋ ਦੀ ਕੌਣ ਲੋਬਲੀਗੋ ਦੀ ਸੁਤਪੋਰਸ਼ੀਆ ਵਿਜ਼ਿਟਾ ਮੈਡੀਕਾ ਦੇ ਜਾਮੇ ਦੀ ਇਦੋਨਿਤਾ ਟੈਕਨੀਕਾ ਭਈ ਇੱਥੇ ਕੀ ਹੁੰਦਾ ਵੀ ਜਦੋਂ ਕਹਿੰਦੇ ਆ ਵੀ ਤੁਸੀਂ ਐ ਕਰੋ ਵੀ ਆਪਣਾ ਵਿਜ਼ਿਟਾ ਮੈਡੀਕਾ ਕਰਾ ਕੇ ਆਓ ਜਾਂ ਫਿਰ ਇਗਜ਼ਾਮੇ ਦੀ ਇਦੋਨਿਤਾ ਟੈਕਨੀਕਾ ਵੀ ਇਸ ਬੰਦੇ ਨੂੰ ਦੀਦਾ ਪੂਰਾ ਹੈਗਾ ਇਸ ਬੰਦੇ ਦੇ ਕੰਸਟਰੇਸ਼ਨ ਹੈਗਾ ਕੋਈ ਪ੍ਰੋਬਲਮ ਤਾਂ ਨਹੀਂ ਜਦੋਂ ਉਹਨਾਂ ਨੂੰ ਕੋਈ ਸ਼ੱਕ ਸੁੱਕ ਪੈ ਜਾਵੇ ਅਸੀਗੁਇਤੋ ਦੀ ਗੁਇਤਾ ਇਨ ਸਟਾਟੋ ਦੀ ਅਬਰੇਚਾ ਤੇ ਜੇ ਤੁਸੀਂ ਗੱਡੀ ਸ਼ਰਾਬ ਪੀ ਕੇ ਚਲਾਣੇ ਜਾਂ ਫਿਰ ਨਸ਼ਾ ਪਤਾ ਕੀਤਾ ਹੁੰਦਾ ਸੁਸਤਾਂ ਤੇ ਸਟੂਫੇ ਫਜੰਦੀ ਹੁੰਦਾ ਨਸ਼ਾ ਪਤਾ ਕਰਕੇ può essere disposta a seguito di azzeramento dei punti della patente ਜਦੋਂ ਤੁਹਾਡੀਆਂ ਗੱਡੀਆਂ ਤੁਹਾਡਾ ਰਿਵੀਜ਼ਨ ਤਾਂ ਦੁਬਾਰਾ ਕਰਨਾ ਤੁਹਾਨੂੰ ਕਦੋਂ ਪੈਂਦਾ ਜਦੋਂ ਤੁਹਾਡੇ ਜਿਹੜਾ ਪਤੈਂਤ ਹੈ ਉਹਦੀਆਂ ਡੀਆਂ ਪੁੰਤੀਆਂ ਜ਼ੀਰੋ ਹੋ ਜਾਂਦੀਆਂ ਫਿਰ ਵੀ ਤੁਹਾਨੂੰ ਦੁਬਾਰਾ ਤੋਂ ਕਰਨਾ ਪੈਂਦਾ il conducente che non supera l'esame di revisione della patente
Subisce la revoca della patente stessa. Agar thoda ko revision hunda pe dwara apna utthe review karke ho, utto tuhi fail ho jane thoda license radd kar dende ji. La revisione delle può essere disposta quando il titolare non è più in possesso di requisiti morali richiesti. Per cui, se non si può fare una cosa, non si può fare una cosa. Se non si può fare una cosa, non si può fare una cosa. Se non si può fare una cosa, non si può fare una cosa. Se non si può fare una cosa, non si può fare una cosa. Se non si può fare una cosa, non si può fare una cosa. Quando il titolare incorre per aver due volte in un anno una infrazione che comporta perdita di 5 punti. Perciò che il saldo è vecchio qui e da camucarda di due, il saldo è vecchio dove va a punch 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 permanently punch 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 ਉਹ ਹੋ ਹੀ ਨਹੀਂ ਸਕਦੀਆਂ ਉਸ ਵੇਲੇ ਉਹਦਾ ਰਿਵੀਜ਼ਨ ਕਰਾਣਾ ਖਤਮ ਕਰ ਦਿੰਦੇ ਇਸ ਕਰਕੇ ਵੀ ਫਾਲਸ ਹੈ ਕੁਆਂਡੋ ਇਲ ਟਿਟੋਲਾਰੇ ਚਿਰਕੁਲਾ ਕੋਨ ਲਾ ਰਿਵੀਜ਼ਨ ਦੇ ਵਹੀਕਲਸ ਕਦੂਤਾ ਦਾ ਉਲਟਰਾ ਉਹਨਾਂ ਨੂੰ ਫਿਰ ਜਦੋਂ ਕੋਈ ਬੰਦਾ ਇਹ ਗੱਡੀ ਲੈ ਕੇ ਜਾਂਦਾ ਹੋਵੇ ਜਿਹਦੀ ਗੱਡੀ ਦੀ ਰਿਵੀਜ਼ਨ ਹੋਣ ਵਾਲੀ ਹੁੰਦੀ ਹੈ ਤੇ ਉਹ 1 ਸਾਲ ਨੂੰ ਖਤਮ ਹੋ ਗਿਆ ਹੋਵੇ 1 ਸਾਲ ਤੋਂ ਜ਼ਿਆਦਾ ਇਸ ਕਰਕੇ ਵੀ ਫਾਲਸ ਹੈ ਕੁਆਂਡੋ ਇਲ ਟਿਟੋਲਾਰੇ ਚਿਰਕੁਲਾ ਸੂਨ ਆਉਟੋ storica senza la prescritta documentazione che hanno avuto jadon koi purani gaddi tusi chalane honge te thode oh gaddi de document na hone is karke oh revision karane kehnde revision karane nahi kehnde revision ne hunda ve je mann lo na chak pe jave thonu gaddi chalani aandi hai tusi ae koi pagal aun ko galat malat banda karda ve ta us case vich police wala kehnde ve ja ke utthe dwara test de gaya thoda patente nulla nahi karde par test den nu kehnde hai. Il titolare circola con un veicolo che non è più di sua proprietà e non ha autorizzazione scritta dal proprietario. Per cui, se qualcuno ha detto che non è più di sua proprietà, 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 non è più di sua proprietà. Quando si accerti che il conducente è alla guida senza aversi la patente, per cui, se qualcuno ha detto che non è più di sua proprietà, non è più di sua patente, non è più di sua proprietà, non è più di sua proprietà. Può essere. Può ripeterlo altre due volte entro un anno, continuando a guidare con uno speciale permesso rilasciato dalla motorizzazione civile. Quindi, quando non supera l'esame di revisione della patente, perché dopo revisione dei patenti o filo, ho già andato, perciò, può ripetere altre due volte entro un anno, per salvec dovar o tragna hor karsata continuando a guidare speciale permesso rilasciato dalla motorizzazione civile te o gaddi chala sakda hor par ode vich permesso honi chahidi je is karke falso ha kyunki je ho fail ho janda ode kol patente khol lende ve na onu koi dua nahi karda revoca hunda ke kya hunda la revoca della patente è disposta quando dinde thonu revoca quando karde quando il titolare di guida non astan te abbia la patente sospesa per giodo thodi jehdi patente nu sospesa kar dende ya fir band kar dende può essere quando il conducente jehdi era driver in autostrada autostrada te inverte il senso di marcia o percorre la carreggiata contromano per giodo tu autostrada te gaddi leke janne ha na te utto sanu pata autostrada te gaddiyan tusi back nahi kar sakde te utto tusi gaddi oh sensonic hundi kisam da tu utto gaddi utto back leke aano ਜਾ ਫਿਰ ਤੁਸੀਂ ਜਿਸ ਪਾਸੇ ਸੈਂਸ ਹੋ ਨਹੀਂ ਕੋ ਖੱਬੇ ਪਾਸੇ ਜਿੱਧਰ ਨਹੀਂ ਜਾ ਸਕਦੇ ਉਧਰ ਨੂੰ ਪਾਸੇ ਨੂੰ ਗੱਡੀ ਬਾੜ ਦੋ ਫਿਰ ਵੀ ਤੁਸੀਂ ਆਪਣਾ ਜਿਹੜਾ ਲਾਇਸੈਂਸ ਆ ਗਵਾ ਸਕਦੇ ਹੋ ਕੁਆਂਡੋ ਇਲ ਟਿਟੋਲਾਰੇ ਪੈਰਦੇ ਪਰਮਨੈਂਟਮੈਂਟੇ ਇ ਰਿਕੁਜ਼ਿਟੀ ਫਿਜ਼ਿਸੀ ਐਪਸੀਸੀ ਫਿਜ਼ਿਸੀ ਵੀ ਤੁਹਾਡਾ ਅੱਖਾਂ ਦਾ ਹੋਣਾ ਜਾਂ ਹੱਥ ਚਲਾਉਣਾ ਜਾਂ ਪੈਰ ਪੂਰ ਇਦਾਂ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਮੇਨ ਜਿਹੜੇ ਚਾਹੀਦੇ ਹੁੰਦੇ ਉਹਨਾਂ ਕੇਸਾਂ ਦੇ ਵਿੱਚ ਕੁਆਂਡੋ ਇਲ ਟਿਟੋਲਾਰੇ ਦੇ ਪੈਰਦੇ ਪਰਮਨੈਂਟਮੈਂਟੇ ਰਿਕੁਜ਼ਿਟੀ ਅਸ਼ਾਦਾ ਮਕਾਲੀ ਪਿਸੀਚੀ ਰਿਕੈਸਟੀ ਪਿਸੀਚੀ ਹੁੰਦੀ ਦਿਮਾਗੀ ਤੌਰ ਤੇ ਜੇ ਬੰਦਾ ਨੂੰ ਲੱਗੇ ਵੀ ਦਿਮਾਗੀ ਤੌਰ ਤੇ ਹਿੱਲ ਗਿਆ ਤਾਂ ਉਹਦਾ ਲਾਇਸੈਂਸ ਲੈ ਲੈਂਦੇ ਕੁਆਂਡੋ ਲਾ ਪਤੈਂਟੇ ਵੀਨੇ ਸੁਸਟੀਟੂਇਤਾ ਕੋਨ ਅਲਟਰਾ ਰਿਲਸ਼ਾਤਾ ਦੀ ਨੋ ਅਲਟਰੋ ਸਟਾਟੋ ਯੂਰੋਪੀਓ ਐਸਟਰੋ ਪੇਜਰ ਜਿਹੜਾ ਤੁਹਾਡਾ ਲਾਇਸੈਂਸ ਆ ਕਿਸੇ ਹੋਰ ਲਾਇਸੈਂਸ ਹੋਰ ਕੰਟਰੀ ਦੇ ਲਾਇਸੈਂਸ ਨਾਲ ਬਦਲ ਜਾਂਦਾ ਤਾਂ ਇੱਥੇ ਆਣਾ ਫਿਰ ਘੱਟ ਹੋ ਜਾਂਦਾ ਕੁਆਂਡੋ ਇਲ ਟਿਟੋਲਾਰੇ ਜਦੋਂ ਜਿਹੜਾ ਜਿਸ ਬੰਦੇ ਦਾ ਲਾਇਸੈਂਸ ਹੋਵੇ ਸੋ ਤੋਂ ਪੋਸਟੋ ਐਗਜ਼ਾਮੀ ਦੀ ਰਿਵੀਜ਼ਨ ਉਹਨੇ ਰਿਵੀਜ਼ਨ ਦਾ ਟੈਸਟ ਦਿੱਤਾ ਹੋਵੇ ਤੇ ਉਹ ਫੇਲ ਹੋ ਜਾਵੇ ਨੋ ਰਿਜ਼ਲਟ ਕਿਉਂ ਇਦਾਂ ਨਹੀਂ ਲੱਗਦਾ ਤੇ ਉੱਥੇ ਫੇਲ ਹੋ ਜਾਵੇ ਕਹਿੰਦਾ
ਫਿਰ ਹੋਏ ਵੀ ਇੱਦਾਂ ਵੀ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਬੰਦਾ ਗੱਡੀ ਨਹੀਂ ਚਲਾ ਸਕਦਾ। ਮੰਨ ਲਓ ਉਹਨਾਂ ਨੂੰ ਸ਼ੱਕ ਪੈਂਦੀ ਹੈ ਵੀ ਤੁਹਾਡੀ ਨਿਗਾਹ ਬਹੁਤ ਕਮਜ਼ੋਰ ਆ, ਤੁਸੀਂ ਨਹੀਂ ਚਲਾ ਸਕਦੇ, ਉਸ ਕੇਸ ਵਿੱਚ ਵੀ ਉਹ ਤੁਹਾਨੂੰ ਕਹਿ ਦਿੰਦੇ ਵੀ ਤੁਸੀਂ ਨਹੀਂ ਚਲਾ ਸਕਦੇ। La revoca della patente quando il conducente scaduta di validità, ਕਹਿੰਦੇ ਜਦੋਂ ਉਹਨਾਂ ਦਾ patent validity ਖਤਮ ਹੋਈ ਹੋਵੇ, ਇਸ ਕਰਕੇ ਵੀ ਫਾਲਸੋ ਕਿਉਂਕਿ ਇਹਦੇ ਨਾਲ ਕੋਈ ਚੱਕਰ ਨਹੀਂ ਹੈਗਾ। ਕੁਆਂਦੋ ਕੰਡੂਜੈਂਟ ਦੇ ਗ੍ਰੀਦਾ ਸੈਂਸ ਆ ਵੇਲਾ ਕੌਂਸਾ ਕਿ ਜਦੋਂ ਉਹਦੇ ਕੋਲ ਉਹਦਾ ਲਾਇਸੈਂਸ ਨਾ ਹੋਵੇ, ਇਸ ਕਰਕੇ ਫਾਲਸੋ। ਕੁਆਂਦੋ ਇਲ ਕੰਡੂਜੈਂਟ ਤੇ ਪੈਰ ਦੇ ਟੈਂਪੋਰਾਰੀਮੈਂਟ ਰਿਕੁਜ਼ਿਟੀ ਫੀਸ ਜੀ, ਪਰ ਜਦੋਂ ਸਿਰਫ ਟੈਂਪੋਰਰਲੀ ਉਹਦੀ ਜਾਂ ਜਿਹੜੀ ਰਿਕੁਜ਼ਿਟੀ ਫੀਸ ਜੀ ਜਦੋਂ ਸੱਟ ਲੱਗ ਜਾਏ ਤਾਂ ਫਾਲਸੋ, ਇਸ ਕਰਕੇ ਕਿਉਂਕਿ ਟੈਂਪੋਰਰੀ ਪਰਮਨੈਂਟ, ਇੱਥੇ ਜੇ ਪਰਮਨੈਂਟ ਹੁੰਦਾ ਫਿਰ ਫਾਲ ਫਿਰ ਹੋਣਾ ਹੈ। ਕੁਆਂਦੋ ਇਲ ਕੰਡੂਜੈਂਟ ਦੇ ਗ੍ਰੀਦਾ ਸੈਂਸ ਲੈਂਥੀ ਕੋਲ ਰਤੀ ਵੇ ਕੁਆਂਦੋ ਪ੍ਰੈਸ ਕੀਤੇ, ਪਰ ਜਦੋਂ ਉਹਨੇ ਅੱਖਾਂ ਵਿੱਚ ਆਪਣੇ ਲੈਂਸ ਨਾ ਪਾਏ ਹੋਣ, ਜੇ ਜਿਹੜੇ ਪਤੈਂਤ ਲਿਖੇ ਹਾਂ ਵੀ ਇਸ ਬੰਦੇ ਦੇ ਲੈਂਸ ਪੈਂਦੇ, ਇਸ ਕਰਕੇ ਵੀ ਫਾਲਸ ਵਾ, ਕਿਉਂਕਿ ਉਹਨੂੰ ਐਨਕਾਂ ਨਹੀਂ ਹੁੰਦੀ ਲੈਂਸ ਵਾਲਾ ਕੋਈ। ਕੁਐਸਚਨ ਰਿਸਪੋਂਸ ਤਾਂ ਦਲ ਯੋਰਗਨ ਇਸ ਪੁਲਿਸੀਆ, ਫਿਰ ਪੁਲਿਸ ਵਾਲੇ ਆ ਜਿਹੜੇ ਉਹ ਵੀ ਇਹ ਲੈ ਸਕਦੇ ਵੀ ਫਾਲਸ ਵਾ, ਕਿਉਂਕਿ ਮੋਟੋ ਵੀ ਦੱਸਿਆ ਉਹਨੇ ਵਾਲੇ ਚਲੋ। ਕੁਆਂਦੋ ਇਲ ਕੰਡੂਜੈਂਟ ਦੀ ਗੁਈਦਾ ਵੇਹਿਕੁਲੋ ਉਨਾਲਤਰਾ ਪਰਸੋਨਾ ਸੈਂਸ ਵੇਲਾ ਕਹਿੰਦੇ ਕੁਆਂਦੋ ਇਲ ਕੰਡੂਜੈਂਟ ਗੁਈਦਾ ਉਨ ਵੇਹਿਕੁਲੋ ਇੰਤੇਸਤਾ ਤੋ ਉਨਾਲਤਰਾ ਪਰਸੋਨਾ, ਫਿਰ ਜਦੋਂ ਇੱਕ ਬੰਦਾ ਗੱਡੀ ਚਲਾਉਂਦਾ ਜਿਹੜੀ ਗੱਡੀ ਕਿਸੇ ਹੋਰ ਦੇ ਨਾ ਹੋਵੇ, ਸੈਂਸ ਬਿਨਾ ਅਵੇਰਿਆ ਪਹੁੰਚਦਾ ਦੀ ਕੇ ਰਸਨ ਸਕ੍ਰਿਤਾ, ਫਿਰ ਉਹਦੇ ਕੋਲ ਲਿਖਿਆ ਨਾ ਹੋਵੇ ਵੀ ਮੈਂ ਆ ਫਲਾਨੇ ਬੰਦੇ ਦੀ ਗੱਡੀ ਚਲਾ ਰਿਹਾ, ਇਸ ਕਰਕੇ ਸਸਪੈਂਸ਼ਨ ਦੇ ਲਾ ਪਤੇ ਤੇ। ਹੁਣ ਦੇਖਦੇ ਹਾਂ ਵੀ ਸਸਪੈਂਡ ਤੁਹਾਡਾ ਕਦੋਂ ਕਰ ਦੇਵੇ, ਇੰਨੇ ਟਾਈਮ ਲਈ, 1 ਮਹੀਨੇ ਲਈ, 2 ਮਹੀਨੇ ਲਈ, ਕਦੋਂ ਕਰਦੇ ਆ। ਦੇਰੀਵਾ ਦਾਲਾ ਵਿਲੋਚਨ ਦੀ ਅਲਕੂਨੀ ਅਰਤੀਕੁਲੀ ਦਿਲ ਕੋ ਦਿਸ਼ਟੀ ਦਿਲ ਅਸਤਰਾਦਾ, ਫਿਰ ਜਿਹੜੇ ਸੜਕ ਦੇ ਕਾਨੂੰਨ ਆ ਉਹ ਅਗਲੋਂ ਉਹਨਾਂ ਵਿੱਚੋਂ ਕੁਛ ਕਾਨੂੰਨਾਂ ਨੂੰ ਤੁਸੀਂ ਤੋੜਦੇ ਆ, ਉਲੰਘਣਾ ਕਰਦੇ ਆ, ਤਾਂ ਤੁਹਾਡਾ ਪਤੈਂਤ ਸਸਪੈਂਡਰੇ ਕਰ ਦਿੰਦੇ ਆ। ਅਦੇ ਜੈਂਪੀਓ ਐਗਜ਼ੈਂਪਲ ਦੇ ਕੁਆਂਦੋ ਇਲ ਨਿਊ ਪਤੈਂਤ ਆ ਤੋ ਚੀਕੁਲੀ ਸੈਂਸਰ ਰਿਸ਼ਪਿਤਾਰੇ ਲਈ ਲਿਮਿਤ ਚੁਣੀ ਸੋਲਾ ਵਿਲੋਚੀ, ਤਾਂ ਕਹਿਣ ਦਾ ਭਾਵ ਕੀ ਆ ਵੀ ਜਦੋਂ ਇੱਕ ਨਵਾਂ ਪਤੈਂਤੀ ਵਾਲਾ ਬੰਦਾ ਜਿਹੜੇ ਨਵੇਂ ਪਰ ਲਾਇਸੈਂਸ ਲਿਆ, ਉਹ ਆਪਣੀ ਸਪੀਡ ਜਿੰਨੀ ਉੱਥੇ ਹੈਗੀ, ਮੰਨ ਲਓ 30 ਦੀ ਸਪੀਡ ਆ, ਤਾਂ ਉੱਥੇ 50 ਲੈ ਕੇ ਤੁਰਿਆ, 50 ਆ ਤਾਂ ਉੱਥੇ 100 ਲੈ ਕੇ ਤੁਰਿਆ, ਉਹ ਸਪੀਡ ਦੇ ਨਿਊ ਪਤੈਂਤ ਆਪ ਜਿਹੜੇ ਨਵੇਂ ਨਵੇਂ ਬੰਦਿਆਂ ਨੇ ਲਾਇਸੈਂਸ ਲਏ, ਉਹਨਾਂ ਨੂੰ ਕੰਟਰੋਲ ਬਹੁਤ ਕਰਦੇ, ਇਸ ਕਰਕੇ। ਕੁਆਂਦੋ ਸੀ ਸੁਪਰਾ ਨੂੰ ਕੁਰੰਤਾ ਕਿਲੋਮੀਟਰ ਓਰਾਰੀ ਇਲੀਮਿਤੀ ਮਾਸ਼ਮੀ ਦੇ ਬੋਲੇ ਬੇਰੁਚੀ, ਤਾਂ ਇਹਦਾ ਮਤਲਬ ਕੀ ਹੈ, ਜਦੋਂ ਤੁਸੀਂ 40 ਕਿਲੋਮੀਟਰ ਦੀ ਸਪੀਡ 'ਤੇ ਵੱਧ ਜਾਂਦੇ ਹੋ, ਜਿਸ ਜਗ੍ਹਾ 'ਤੇ 50 ਦੀ ਸਪੀਡ 'ਤੇ ਜਾਣਾ, ਅਗਰ ਤੁਸੀਂ ਉਸ ਜਗ੍ਹਾ 90 ਦੀ ਸਪੀਡ 'ਤੇ ਜਾਂਦੇ ਤਾਂ ਤੁਹਾਡਾ ਪੁਲਿਸ ਵਾਲੇ ਰੋਕ ਕੇ ਸਸਪੈਂਡ ਕਰ ਸਕਦੇ ਆ, ਜਿੱਥੇ 70 ਦਾ ਉੱਥੇ ਤੁਸੀਂ 110 'ਤੇ ਚਲੇ ਗਏ ਤਾਂ ਤੁਹਾਡਾ ਸਸਪੈਂਸ ਹੋ ਸਕਦਾ, ਅਗਰ ਜਿੱਥੇ 130 ਦੀ ਸਪੀਡ ਆ ਅਤੇ ਤੁਸੀਂ ਉੱਥੇ ਜਾ ਰਹੇ ਹਾਂ 170 'ਤੇ, ਤਾਂ ਤੁਹਾਡਾ ਸਸਪੈਂਡ ਹੋ ਸਕਦਾ, ਇਸ ਹਿਸਾਬ ਨਾਲ ਇਹਦਾ ਮਤਲਬ ਇਹ ਬਣਦਾ ਜੀ। ਕੁਆਂਦੋ ਸੀ ਚੀਰਕੁਲਾ ਨਾ ਤੋਂ ਸਰਾਹਦਾ ਸੁਲਾ ਕੁਰਸੀਆ ਦੀ ਐਮਰਜੈਂਸੀ ਇਨਕਾਜ਼ੀ ਨੂੰ ਪ੍ਰਵੀਸੀ ਦਲ ਕੋਲ ਵਿੱਚ ਦੀ ਸਰਾਹਦਾ, ਕਹਿਣ ਦਾ ਭਾਵ ਕੀ ਹੈ, ਜੋ ਤੁਸੀਂ ਆਟੋ ਸਰਾਹਦੇ 'ਤੇ ਚੱਲਦੇ ਹੈ ਨਾ, ਅਤੇ ਆਪਣੀ ਮਰਜ਼ੀ ਨਾਲ ਜਿਹੜਾ ਕੁਰਸੀਆ ਦੀ ਐਮਰਜੈਂਸ ਆ ਉਹਦੇ ਵਿੱਚ ਵੜ ਜਾਓ, ਅਤੇ ਕੋਈ ਨਹੀਂ ਯਾਰ ਰਾਸ਼ਾ ਕੁਰਸੀਆ ਦੀ ਐਮਰਜੈਂਸਾਂ ਵਿੱਚੋਂ ਵੜ ਕੇ ਨਿਕਲ ਜਾਂਦੇ ਹਾਂ, ਉਸ ਕੇਸ ਦੇ ਵਿੱਚ ਤੁਹਾਡਾ ਉਹਨੇ ਸਸਪੈਂਡ ਕਰ ਦੇਣਾ, ਵੀ ਪੁੱਤ ਐਂ ਕਰ ਪਏ ਹੁਣ 2-3 ਮਹੀਨੇ ਤੂੰ ਆਰਾਮ ਨਾਲ ਇੱਥੇ ਬੈਠ ਕੁਰਸੀਆ ਦੀ ਐਮਰਜੈਂਸਾਂ ਦੇ ਵਿੱਚ। ਕੁਆਂਦੋ ਇਲ ਕੰਡੂਜੈਂਟ ਉਹੀ ਦਾ ਸੋਤੋ ਲੈਫੈਸ ਤੋਂ ਦਿਸ ਤੂੰ ਫੇਫੇ ਚੈਂਤੀ, ਵੀ ਜਦੋਂ ਨਸ਼ਾ ਪਤਾ ਖਾ ਕੇ ਹੋ ਕੋਈ ਕਰਦਾ ਨਾ, ਇਸ ਕਰਕੇ। ਕੁਆਂਦੋ ਉਹੀ ਦਾ ਇੰਸਤਾਤੋ ਦੀ ਬ੍ਰੈਥਸ ਅਲਕੋਹਲਿਕਾ, ਜਦੋਂ ਉਹਨੇ ਪੈਗ ਪੁੱਗ ਲਾਇਆ ਹੋਵੇ ਉਦੋਂ ਵੀ ਉਹਦਾ ਪਤੈਂਤੇ ਨੂੰ ਰੋਕ ਲੈਂਦੇ ਆ। ਕੁਆਂਦੋ ਇਲ ਕੰਡੂਜੈਂਟ ਰਿਫਿਊਜ਼ਾ ਆਸੋਤੋਪੋਰੀ ਅਲੀਆ ਚੜਤਾਮੈਂਤੀ ਸੁਲੇਵਿੰਤ ਵਾਲੇ ਇੰਸਤਾਤੋ ਦੀ ਬ੍ਰੈਥਸ ਅਲਕੋਹਲਿਕਾ, ਵੀ ਜਦੋਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਆ, ਕਹਿੰਦੇ ਇੱਥੇ ਫੂਕ ਮਾਰ, ਤੁਸੀਂ ਕਹਿ ਦਿਓ ਵੀ ਨਹੀਂ ਜੀ ਮੈਂ ਨਹੀਂ ਫੂਕ ਮਾਰਨੀ, ਮੈਂ ਨਹੀਂ ਆ ਕਰਨਾ, ਮੈਂ ਨਹੀਂ ਉਹ ਕਰਨਾ, ਉਸ ਵੇਲੇ ਵੀ ਉਹ ਕਹਿ ਸਕਦੇ ਪੁੱਤ ਲਿਆ ਹੁਣ ਤੇਰਾ ਲਾਇਸੈਂਸ ਤੇਰਾ, ਹੁਣ ਫਿਰ ਆਪਾਂ ਜ਼ਬਤ ਕਰ ਲੈਂਦੇ ਹਾਂ, ਉਹ ਫਿਰ ਸਸਪੈਂਡ ਕਰ ਦਿੰਦੇ, ਫਿਰ ਚੱਕ ਫਿਰ ਦੋ ਤਿੰਨ ਮਹੀਨੇ ਤੋਂ ਚਲਾ ਹੀ ਨਹੀਂ ਸਕਦੇ। ਕੁਆਂਦੋ ਇਲ ਕੰਡੂਜੈਂਟ ਤੇ ਫੁੱਜੇ ਹੁੰਦੇ ਦੌੜ ਜਾਣਾ, ਸੈਂਸਾ ਪ੍ਰਸਤਾਰੇ ਸਕੋਰਸੋ ਹੈਲਪ ਨਾ ਕਰਦੇ ਹੋਏ ਆਲਾ ਪਰਸੋਨਾ ਨੂੰ ਦਿਸਦੇ, ਤਾਂ ਕਹਿੰਦਾ ਮਤਲਬ ਜੇ ਤੁਹਾਡਾ ਐਕਸੀਡੈਂਟ ਹੋ ਜਾਂਦਾ, ਤੁਸੀਂ ਥੱਲੇ ਆ, ਐਕਸੀਡੈਂਟ ਹੋ ਜਾਂਦਾ ਤਾਂ ਗੱਡੀ ਆਪਣੀ ਭਜਾ ਕੇ ਲੈ ਜਾਂਦੇ ਆ, ਅਤੇ ਜਿਹੜੇ ਬੰਦੇ ਦੇ ਸੱਟ ਲੱਗੀ ਉਹਦੀ ਹੈਲਪ ਵੀ ਨਹੀਂ ਕਰਦੇ, ਉਸ ਵੇਲੇ ਵੀ ਤੁਹਾਡਾ ਨਾ ਜੇ ਤੁਸੀਂ ਪਕੜੇ ਜਾਓ ਕਾਕਾ ਜੀ, ਫਿਰ ਜਿਹੜਾ ਤੁਹਾਡਾ ਲਾਇਸੈਂਸ ਆ ਉਹਨੇ 2-3 ਮਹੀਨਿਆਂ ਲਈ ਤੁਹਾਨੂੰ ਜ਼ਬਤ ਕਰ ਲੈਣਾ। ਇਸ ਕਰਕੇ ਜੇ ਤੁਸੀਂ ਐਕਸੀਡੈਂਟ ਕਰਤਾ ਤਾਂ ਫਿਰ ਨੱਠੋ ਨਾ, ਕਿਉਂਕਿ ਜੇ ਨੱਠ ਗਏ ਤਾਂ ਫਿਰ ਤੁਹਾਡਾ ਲਾਇਸੈਂਸ ਗਿਆ, ਇੱਦਾਂ ਦਾ ਬੜੀ ਤੁਹਾਨੂੰ ਉਲਟਾ ਜਾਊਗਾ। ਕੁਆਂਦੋ ਇਲ ਕੰਡੂਜੈਂਟ ਤੇ ਚੀਰਕੁਲਾ ਅਬੂਜ਼ੀਵਾਮੈਂਟ
ਚੀਰਕਲਾ ਹੁੰਦਾ ਉਹ ਗੱਡੀ ਚਲਾਣੀ ਅਬੂਜ਼ੀਬ ਮੈਂ ਧੱਕੇ ਨਾ ਵਹੀਕਲ ਸੁੱਟੋ ਪਿਓ ਉਸ ਤੋਂ ਸਿਕੁਐਸਟਰ ਇੱਥੇ ਕੀ ਮਤਲਬ ਆ ਮੰਨ ਲਓ ਤੁਹਾਨੂੰ ਕਿਸੇ ਜਗ੍ਹਾ 'ਤੇ ਗੱਡੀ ਰੋਕੀ ਗਈ ਅਤੇ ਉਹਨੇ ਕਿਹਾ ਵੀ ਤੂੰ ਬਈ ਆਹ ਗੱਡੀ ਆਪਣੀ ਚਲਾ ਨਹੀਂ ਸਕਦਾ ਅਤੇ ਇੰਨੇ ਦਿਨ ਤੁਸੀਂ ਆਪਣੀ ਗੱਡੀ ਨਹੀਂ ਚਲਾਉਣੀ ਇੱਕ ਮਹੀਨੇ ਲਈ ਗੱਡੀ ਤੁਹਾਡੀ ਬੰਦ ਕਰਦੀ ਆ ਅਤੇ ਤੁਸੀਂ ਸਕੀਮ ਲਾ ਕੇ ਰਾਤੋਂ ਰਾਤ ਕਹੋਗੇ ਰਾਤ ਨੂੰ ਕਿਹੜਾ ਕਿਸੇ ਨੇ ਚੈੱਕ ਕਰਨੀ ਆ ਲੈ ਚੱਲਦੇ ਆ ਚਲਾਉਣ ਉਸ ਕੇਸ ਵਿੱਚ ਤੁਹਾਨੂੰ ਕਹਿਣਾ ਕਾਕਾ ਜੀ ਇਹ ਗੱਡੀ ਨੂੰ ਬੰਦ ਕੀਤਾ ਤੁਸੀਂ ਚਲਾਉਣੀ ਨਹੀਂ ਸੀ ਅਤੇ ਤੁਸੀਂ ਆਹ ਗੱਡੀ ਚਲਾ ਰਹੇ ਹੋ ਜੀ ਹੁਣ ਤੁਸੀਂ ਇੰਨੇ ਮਹੀਨੇ ਇੰਨੇ ਦਿਨ ਆਪਣਾ ਦੂਆ ਨਹੀਂ ਕਰ ਸਕਦੇ Puessere disposta nei confronti di chi ne abbia falsificato o contraffatto i documenti relativi all'assicurazione del veicolo. Che andiamo a dire che se bandine che agar kise ne bande ne mette kuch karda safari na kulli banda na kulli può essere disposta nei confronti di chi abbia falsificato o contraffatto. Falsificato hunde ਨਕਲੀ ਕਾਗਜ਼ ਕੌਂਤਰਾਫਾਤੋ ਜਾਂ ਛੇੜਛਾੜ ਕੀਤੀ ਡਾਕੂਮੈਂਟਾਂ ਨਾ ਇੰਸ਼ੋਰੈਂਸ ਤਾਂ ਕਹਿੰਦਾ ਮਤਲਬ ਜੇ ਤੁਸੀਂ ਕੋਈ ਜਾਲੀ ਡਾਕੂਮੈਂਟ ਲੈ ਕੇ ਘੁੰਮਦੇ ਹੋ ਜਿੱਦਾਂ ਹੁਣ ਗੱਡੀ ਦੇ ਤੁਹਾਡੀ ਇੰਸ਼ੋਰੈਂਸ ਹੈ ਨਹੀਂ ਤਾਂ ਤੁਸੀਂ ਉੱਦਾਂ ਹੀ ਸਟੈਂਪ ਕਰਕੇ ਜਾਂ ਹੋਰ ਕੋਈ ਹਿਸਾਬ ਕਿਤਾਬ ਕਰਕੇ ਇੰਸਟਾਲਾ ਘੁੰਮਦੇ ਹੋਵੋ ਤਾਂ ਤੁਹਾਡਾ ਉਹਨੇ ਲਾਇਸੈਂਸ ਉਸ ਟਾਈਮ ਲਈ ਬੰਦ ਕਰ ਦੇਣਾ ਕੁਆਂਡੋ ਇਲ ਕੰਡੂਚੈਂਟੇ ਚੀਰਕੁਲਾ ਕੋਨ ਲਾ ਪਤੈਂਤੇ ਸਸਪੇਜ਼ਾ ਵੀ ਜੇ ਤੁਹਾਡਾ ਪਹਿਲੇ ਹੀ ਪਤੈਂਤੇ ਸਸਪੇਜ਼ਾ ਹੋਵੇ ਨਾ ਉਸ ਵੇਲੇ ਤੁਹਾਡਾ ਸਸਪੈਂਡਰ ਕਰ ਦਿੰਦੇ ਫਾਲਸ ਇਸ ਕਰਕੇ ਜੇ ਤੁਹਾਡਾ ਸਸਪੇਜ਼ਾ ਕਰਤਾ ਉਹਨੇ ਤੁਹਾਡੇ ਕੋਲ ਲਾਇਸੈਂਸ ਲੈ ਕੇ ਰੱਖ ਲੈਂਦੇ ਆ ਇਹ ਇਹਨਾਂ ਨੇ ਭੁਲੇਖਾ ਪਾਉਣ ਲਈ ਪਾਇਆ ਅਤੇ ਉਹ ਬੰਦੇ ਦਾ ਜਿਹੜਾ ਪਤੈਂਤੇ ਸਸਪੇਜ਼ਾ ਹੈ ਉਹ ਤਾਂ ਆਪਣਾ ਲਾਇਸੈਂਸ ਲੈ ਕੇ ਘੁੰਮੇ ਨਹੀਂ ਸਕਦਾ ਕੁਆਂਡੋ ਇਲ ਟਿਟੁਲਾਰੇ ਦੇ ਲਾ ਪਤੈਂਤੇ ਪੈਰਦੇ ਡੈਫੀਨੀਟਿਵਾਮੈਂਟੇ ਰਿਕੁਜ਼ੀਤੀ ਫੀਜ਼ ਜੀ ਪਰ ਜਦੋਂ ਬੰਦੇ ਦੇ ਸਰੀਰਕ ਤੌਰ 'ਤੇ ਜਾਣੀ ਗੱਡੀ ਚਲਾਉਣ ਦੇ ਕਾਬਲ ਨਹੀਂ ਰਹਿੰਦਾ ਉਦੋਂ ਸਸਪੈਂਸ਼ਨ ਹੋ ਜਾਂਦਾ ਫਾਲਸ ਇਸ ਕਰਕੇ ਜਦੋਂ ਡੈਫੀਨੀਟਿਵਾਮੈਂਟੇ ਰਿਕੁਜ਼ੀਤੀ ਫੀਜ਼ ਜੀ ਨੂੰ ਨਾ ਉਹ ਕਰ ਦਿੰਦਾ ਪੈਰ ਤਰੇ ਉਸ ਵੇਲੇ ਰੇਵੋਕਾਰੇ ਕਰਦੇ ਆ ਨਾ ਕਿ ਸਸਪੈਂਦਰੇ ਕਰਦੇ ਆ ਕੁਆਂਡੋ ਸੌਰਗੋ ਨੂੰ ਦੂਬੀ ਸੁਲਾ ਪ੍ਰੈਸਿਸਟੈਂਸਾ ਦੇ ਰਿਕੁਜ਼ੀਤੀ ਪ੍ਰਸਕ੍ਰਿਤੀ ਜਦੋਂ ਸ਼ੱਕ ਪੈ ਜਾਵੇ ਵੀ ਬੰਦਾ ਇਹ ਚਲਾ ਚਲੂ ਸਕਦਾ ਕਿ ਨਹੀਂ ਉਸ ਟਾਈਮ ਵਿੱਚ ਆਪਣਾ ਸਸਪੈਂਸ਼ਨ ਉਹਨੇ ਨਹੀਂ ਕਰਦੇ ਸਾਨੂੰ ਪਤਾ ਆਪਾਂ ਕੀ ਕਰਦੇ ਰੇਵੀਜ਼ ਉਹਨੇ ਕਰਦੇ ਆ ਆਲੇ ਕਮਿਊਨੀਕੇਸ਼ਨ ਦੀ ਅਜ਼ੇਰਾਮੈਂਟੋ ਦੇ ਪੁੰਤੀ ਵੀ ਜੋ ਤੁਹਾਡੀਆਂ ਪੁੰਤੀਆਂ ਜ਼ੀਰੋ ਹੋ ਜਾਂਦੀਆਂ ਉਸ ਵੇਲੇ ਤੁਹਾਡਾ ਸਸਪੈਂਡਰ ਹੀ ਨਹੀਂ ਕਰਦੇ ਸਸਪੈਂਡਰ ਦਾ ਮਤਲਬ ਹੁੰਦਾ ਜੀ ਸਿਰਫ ਅਤੇ ਸਿਰਫ ਕੁਛ ਟਾਈਮ ਲਈ ਰੋਕਣਾ ਜ਼ੀਰੋ ਹੋ ਗਿਆ ਤਾਂ ਮਤਲਬ ਤੁਸੀਂ ਆਪਣੀ ਗੱਡੀ ਚਲਾ ਨਹੀਂ ਸਕਦੇ ਕੁਆਂਡੋ ਸਿਸੂਪਰਾ ਨੂੰ 20 ਕਿਲੋਮੀਟਰ ਉਡਾਰੇ ਜਦੋਂ ਜਿੱਥੇ 50 ਦੀ ਸਪੀਡ ਹੈ ਤੁਸੀਂ 70 ਦੀ ਸਪੀਡ 'ਤੇ ਜਾਓ 20 ਨਹੀਂ 40 ਕਿਲੋਮੀਟਰ ਅਗਰ ਸੁਪਰਾਰੇ ਕਰੋ ਤਾਂ ਫਾਲਤ ਤਾਂ ਵੀ ਰੋਣਾ ਹੈ ਕੁਆਂਡੋ ਸੀ ਚੀਰਕੁਲਾ ਸੈਂਸਾ ਵਿਰ ਕੌਂਸੀ ਲਾ ਪਤੈਂਤੇ ਦੀ ਗੁਵਿਦਾ ਪਰ ਜਦੋਂ ਤੁਸੀਂ ਗੱਡੀ ਚਲਾਉਂਦੇ ਹੋ ਤੁਹਾਡੇ ਕੋਲ ਆਪਣਾ ਗੱਡੀ ਦਾ ਜਿਹੜਾ ਲਾਇਸੈਂਸ ਆ ਨਹੀਂ ਹੈਗਾ ਇਸ ਕਰਕੇ ਵੀ ਫਾਲਸ ਹੋ ਕੁਆਂਡੋ ਸੀ ਚੀਰਕੁਲਾ ਕੋਲ ਨਾ ਪਤੈਂਤੇ ਇਲੀਜੀਬਿਲੀ ਉਹ ਦੇ ਤਿਓ ਰਾਤਾ ਪਰ ਜਦੋਂ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਗਿੱਲਾ ਗੁੱਲਾ ਹੋ ਕੇ ਉਹ ਪੜ੍ਹ ਨਹੀਂ ਸਕਦੇ ਜਾਂ ਉਹ ਖਰਾਬ ਹੋ ਗਿਆ ਆ ਰਿਕੁਐਸਟ ਦੇ ਲਈ ਏਜੰਟੀ ਜਦੋਂ ਪੁਲਿਸ ਵਾਲੇ ਤੁਹਾਨੂੰ ਕਹਿਣ ਨੁਨਸੀਏ ਇੰਗਰਾਦੋ ਦੀ ਇਸ ਵੀਰੇ ਸਿਗਨਾਲੇ ਮੋਬਲੀ ਦੀ ਪੇਰੀ ਖੋਲੋ ਜੇ ਤੁਹਾਨੂੰ ਪੁਲਿਸ ਵਾਲੇ ਕਹਿਣ ਵੀ ਸਿਗਨਾਲੇ ਮੋਬਲੀ ਦੀ ਪੇਰੀ ਖੋਲੋ ਕਿੱਦਾਂ ਕਰਨਾ ਤੁਹਾਨੂੰ ਪਤਾ ਨਾ ਹੋਵੇ ਉਹ ਕਿੱਦਾਂ ਕਰਨਾ ਉਸ ਕੇਸ ਦੇ ਵਿੱਚ ਤੁਸੀਂ ਆਪਣਾ ਜਿਹੜਾ ਉਹ ਕਹਿੰਦੇ ਕਰ ਸਕਦੇ ਇਸ ਕਰਕੇ ਵੀ ਫਾਲਸ ਉਹਨਾਂ ਇੱਦਾਂ ਦਾ ਕੋਈ ਕੇਸ ਨਹੀਂ ਹੁੰਦਾ ਕੁਆਂਡੋ ਜੀ ਤੋਂ ਲੜਨ ਉਹਨੇ ਪੀਪੋ ਸਟੈਪ ਜੋ ਦੇ ਰਿਕੁਜ਼ੀਤੀ ਮੋਰਾਲੀ ਵੀ ਤੁਹਾਡਾ ਰਿਕੁਜ਼ੀਤੀ ਮੋਰਾਲੀ ਨਾ ਹੋਣ ਤੁਹਾਨੂੰ ਮੋਰਾਲੀ ਰਿਕੁਜ਼ੀਤੀ ਤਾਂ ਪਤਾ ਹੋਣਾ ਚਾਹੀਦਾ ਕਿਹੜੇ ਹੁੰਦੇ ਆ ਇਹ ਵੀ ਕੋਈ ਬੰਦਾ ਬੁੰਦਾ ਨਾ ਮਾਰਿਆ ਹੋਵੇ ਇੱਦਾਂ ਦੀਆਂ ਜਿਹੜੀਆਂ ਹੁੰਦੀਆਂ ਵੀ ਤੁਸੀਂ ਠੀਕ ਆ ਬਲਾ 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 ਸੀ ਲਾਸ਼ਾ ਇਲ ਵਹੀਕਲ ਇਨਸੋਸਤਾ ਨੇ ਸਪਾਸੀ ਦੇ ਸਤਿਨਾਤੀ ਦੀ ਜਾਣ ਲਈ ਵੀ ਜਦੋਂ ਤੁਸੀਂ ਆਪਣਾ ਜਿੱਥੇ ਬੰਦੇ ਹੈਂਡੀਕੈਪਟ ਬੰਦਿਆਂ ਦੀ ਜਗ੍ਹਾ ਅਗਰ ਤੁਸੀਂ ਉਸ ਜਗ੍ਹਾ ਵਿੱਚ ਆਪਣੀ ਗੱਡੀ ਲਾ ਦਿੰਦੇ ਆ ਤਾਂ ਉਸ ਵੇਲੇ ਤੁਹਾਡਾ ਪਤੈਂਤੇ ਦੂਆ ਹੋ ਜਾਂਦਾ ਵੀ ਇਸ ਕਰਕੇ ਫਾਲਸ ਹੋ ਕੁਆਂਡੋ ਨੁਨਸੀਏ ਪਗਾਤੋ ਨਹੀਂ ਤੈਰਮਨੀ ਬੋਲੋ ਦਾ ਉਹ ਤੋਂ ਜੇ ਤੁਸੀਂ ਆਪਣੀ ਗੱਡੀ ਦੀ ਜਿਹੜੀ ਬੋਲੋ ਨਾ ਸਾਰੀ ਹੋਵੇ ਇਸ ਕਰਕੇ ਵੀ ਤੁਹਾਡਾ ਜਿਹੜਾ ਦੂਆ ਉਹ ਕਰ ਦਿੰਦੇ ਆ ਦੇਖਣਾ ਸਿਰਫ ਤਿੰਨ ਰਹਿੰਦੀਆਂ ਠੀਕ ਆ 5 ਮਿੰਟ ਲੱਗਣੇ ਹੁਣ ਤੇਜੋ ਜਿਹੜੀਆਂ ਪੁੰਤੀਆਂ ਕਿੰਨੀਆਂ ਹੁੰਦੀਆਂ ਜਿਹੜੀਆਂ ਆਪਣੇ ਲਾਇਸੈਂਸ ਦੀਆਂ ਪਤੈਂਤੀ ਦੀ ਗੁਈਦਾ ਇਨੀਸ਼ੀਅਲੇ 20 ਪੁੰਤੀ ਜਦੋਂ ਤੁਸੀਂ ਆਪਣਾ ਲਾਇਸੈਂਸ ਲੈਂਦੇ ਆ ਤਾਂ ਉਸ ਵੇਲੇ ਇਹਦੀਆਂ 20 ਪੁੰਤੀਆਂ ਹੁੰਦੀਆਂ ਕੁਆਂਡੋ ਸੀ ਕੁਮਿਤ ਨੂੰ ਪਾਰਟੀਕੁਲਰ ਇਨਫਰਾਕਸ਼ਨੀ ਅਲਕੋਦੀ ਚੇ ਦਾ ਸਤਰਾਦਾ ਡਿਮੀਨੂਇਸ਼ੇ ਫਿਰ ਸਾਡੀਆਂ ਪੁੰਤੀਆਂ ਘਟਦੀਆਂ ਕੁਆਂਡੋ ਸੀ ਕੁਮਿਤ ਨੂੰ ਪਾਰਟੀਕੁਲਰ ਇਨਫਰਾਕਸ਼ਨੀ ਫਿਰ ਸਾਡੀਆਂ ਪੁੰਤੀਆਂ ਉਦੋਂ ਘਟਦੀਆਂ ਜਦੋਂ ਆਪਾਂ ਕੋਈ ਗਲਤੀ ਕਰਦੇ ਹਾਂ
quando il conducente ha esaurito la sua dotazione di punti, per giudicare B punti è khatam ho janiya, deve sottoporsi a revisione stessa, una revisione karani chahidi apni, una fir revisione karni pendi hai. La frequenza dell'apposito corso e supplemento di uno specifico esame consentono al titolare recuperare 6 punti, arrivando al massimo 20 punti. Che è una parola che è? Per tutti i giorni è corso cardine, corso cardine tovare per e test me honda thoda o course karke test karan de naal thodiyan 6 puntiyan mil jandiyan tusi total zyada to zyada 20 puntiyan tak kar sakde ho da e jehdiyan apniyan puntiyan kehnde dekurtazione de punti pe puntiyan jehdiyan ghatdiyan kidna entro primi tre anni del rilascio della patente bhi jadon pehle tinna saalan vich nahi 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 ਜਦੋਂ ਤੁਸੀਂ ਆਪਣੇ ਨਾ ਪਹਿਲੇ 3 ਸਾਲ ਹੋਏ ਤੁਹਾਨੂੰ ਲਾਇਸੈਂਸ ਲੈਣ ਨੂੰ ਉਦੋਂ ਤੁਸੀਂ ਕੋਈ ਗਲਤੀ ਕਰਦੇ ਆ ਸੁਮ ਸੰਸਨਾ ਤੋਂ ਕੋਣ ਦੋ ਪਿਓ ਦੇ ਪੁੰਤੀ ਪੇ ਜਿੱਥੇ 3 ਪੁੰਤੀਆਂ ਕੱਟਣੀਆਂ ਉੱਥੇ 6 ਕੱਟਣੀਆਂ ਫਿਰ ਪਹਿਲੇ 3 ਸਾਲਾਂ 'ਚ ਡਬਲ ਪੁੰਤੀਆਂ ਕੱਟ ਹੁੰਦੀਆਂ ਸਿਸ਼ ਕੋ ਮੈਥ ਨੂੰ ਕੰਟੈਂਪਰਾਰੀ ਮੈਂਤ ਪਿਓ ਵੀ ਰਸੇ ਨਹੀਂ ਕੋ ਪੋਰਤਨ ਪੇਰ ਦਿੱਤਾ ਦੀ ਪੁੰਤੀ ਦੇ ਲਪਤੇਂ ਤੇ ਵੇ ਜਦੋਂ ਇੱਕ ਸਾਥ ਜ਼ਿਆਦਾ ਗਲਤੀਆਂ ਕਰਦੇ ਜਿੱਦਾਂ ਲਾਲ ਲਾਈਟ 'ਚ ਨਿਕਲ ਗਿਆ ਬੰਦਾ ਦੇਤਾ ਥੱਲੇ ਗੱਡੀ ਮਾਰਤੀ ਇੱਦਾਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੀਆਂ 15 ਪੁੰਤੀਆਂ ਘੱਟ ਹੋ ਸਕਦੀਆਂ ਸਾਲਵ ਕਿਸੇ ਤਰ੍ਹਾਂ ਦੀ ਇਨਫਰੈਕਸ਼ਨ ਕੀ ਕੰਪਰਟਨ ਸਸਪੈਂਸ ਪਰ ਜੇ ਸਾਲਵ ਕਿਸੇ ਤਰ੍ਹਾਂ ਦੀ ਇਨਫਰੈਕਸ਼ਨ ਭੇਜੇ ਅਗਰ ਇਹ ਉਹ ਕੇਸ ਹੋਵੇ ਜਿਹਦੇ ਵਿੱਚ ਤੁਹਾਡਾ ਪਤੈਂਟ ਤੇ ਸਸਪੈਂਡਰ ਕਰ ਸਕਦਾ ਇਹ ਕੰਡੂਸੈਂਟੇ ਸੇ ਪਰ 2 ਅਨੀ ਨੋ ਕਮੈਟੇ ਇਨਫਰੈਕਸ਼ਨ ਕੀ ਕੰਪਰਟਨ ਪੇਰ ਦਿੱਤਾ ਦੀ ਪੁੰਤੀ ਜੇ ਤੇ 2 ਸਾਲਾਂ ਦੇ ਵਿੱਚ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਜਿਨ੍ਹਾਂ ਨਾਲ ਤੁਹਾਡੀ ਪੁੰਤੀ ਘਟਨ ਇਲ ਕੰਡੂਜੈਂਟੇ ਮੈਨੂੰ ਵੀ ਰੀਐਂਟਰਾ ਇਨ ਪ੍ਰੋਸੈਸੋ ਦੀ ਤੁੱਤੀ ਬੇਨਤੀ ਪੁੰਤੀ ਕਹਿਣ ਦਾ ਭਾਵ ਕੀ ਇਲ ਕੰਡੂਜੈਂਟੇ ਕਿ ਆ ਵੀ ਮੈਨੂੰ ਦੀ ਬੇਨਤੀ ਪੁੰਤੀ ਜੇ 2 ਸਾਲ ਵਿੱਚ ਤੁਸੀਂ ਕੋਈ ਵੀ ਕੰਮ ਨਹੀਂ ਕੋਈ ਗਲਤੀ ਨਹੀਂ ਕਰਦੇ ਤੁਹਾਡੀਆਂ 20 ਪੁੰਤੀਆਂ ਤੋਂ ਘੱਟ ਪੁੰਤੀਆਂ ਤਾਂ ਤੁਹਾਡੀਆਂ ਪੁੰਤੀਆਂ ਪੂਰੀਆਂ ਹੋ ਜਾਣਗੀਆਂ ਉਹ ਦੇਖੀ ਤਾਂ ਕੀ ਕਰਦਾ ਹੁਣ ਇਹ ਅੱਛਾ ਕਹਿੰਦੇ ਪਤੈਂਤੇ ਇਨੀਸ਼ੀਅਲੇ ਹੁੰਦੇ ਸ਼ੁਰੂਆਤ ਵਿੱਚ ਤੁਹਾਡੇ ਕੋਲ 30 ਪੁੰਤੀਆਂ ਨਹੀਂ ਫਾਲਤਾ 30 ਨਹੀਂ 20 ਹੁੰਦੀਆਂ ਕੁਆਂਦੋ ਸੀ ਕਮੈਤੇ ਕੁਆਲੂੰਕੇ ਇਨਫਰੈਕਸ਼ਨੇ ਦੇ ਕੋਡਿਸ਼ੇ ਸਰਾਦਾ ਪੇ ਜਦੋਂ ਕੋਈ ਵੀ ਗਲਤੀ ਕਰ ਲੈਂਦੇ ਨਾ ਕਹਿੰਦੇ ਉਸ ਵੇਲੇ ਤੁਹਾਡੀਆਂ ਪੁੰਤੀਆਂ ਘੱਟ ਹੁੰਦੀਆਂ ਕੋਈ ਵੀ ਗਲਤੀ ਕਿਦਾਂ ਹੁੰਦੀ ਹੈ ਪੇ ਖੱਬੇ ਪਾਸੇ ਪਾਰਕਿੰਗ ਲਾ ਲਈ ਇਸ ਕਰਕੇ ਫਾਲਸੋ esclusivamente si fate si quando si commette un'infrazione codice della strada che comporta sospensione e ritiro della patente che deve punti a sera fate si tan carta di agro tu si qui e si galti coro di rina torna gira license suspend carta già vi già più cool and scarpe di falso quando commesse entro i primi 3 anni di rilascio della prima patente sono sanzionato triplo dei punti ਕਹਿੰਦੇ ਵੀ ਜਿਹੜਾ ਦੇਕੁਰਤਾਸ਼ਨ ਦੇ ਪੁੰਤੀ ਹੈ ਜਿਹੜਾ ਪੁੰਤੀਆਂ ਦਾ ਕੱਟ ਹੋਣਾ ਪਹਿਲੇ 3 ਸਾਲਾਂ ਦੇ ਵਿੱਚ ਟ੍ਰਬਲ ਕੱਟ ਹੁੰਦੇ ਫਾਲਸਵਾ ਪਰ ਡਬਲ ਕੱਟ ਹੁੰਦੇ ਨਾ ਕਿ ਟ੍ਰਿਪਲ ਇਹ ਜੇ ਤੁਸੀਂ ਉਹ ਜਿਹੜਾ ਕੋਰਸ ਆ ਉਹ ਕਰ ਲੈਣੇ ਆ ਤੁਸੀਂ ਕਹਿੰਦੇ ਸੀ ਪਰਸਨਲ ਰਿਕਵਰਾਰੇ 9ਵੇਂ ਪੁੰਤੀ ਫਾਲਸਵਾ ਕਿਉਂਕਿ 9 ਪੁੰਤੀਆਂ ਨਹੀਂ ਜਿਹੜਾ ਕੋਰਸ ਕਰਕੇ ਟੈਸਟ ਦੇਣਾ ਹੁੰਦਾ ਉਹਦੇ ਨਾਲ ਤੁਸੀਂ 6 ਪੁੰਤੀਆਂ ਰਿਕਵਰ ਕਰ ਸਕਦੇ ਅਰਿਵੰਦੋ ਮਾਸਿਮੋ 30 ਪੁੰਤੀ ਫਿਰ ਜ਼ਿਆਦਾ ਤੋਂ ਜ਼ਿਆਦਾ ਤੁਸੀਂ 30 ਪੁੰਤੀਆਂ ਤੱਕ ਆ ਸਕਦੇ ਹੋ ਫਾਲਸੋ ਤੇ ਜ਼ਿਆਦਾ ਤੋਂ ਜ਼ਿਆਦਾ 20 ਪੁੰਤੀਆਂ ਤੱਕ ਆ ਸਕਦੇ ਹੋ ਇਹ ਸਾਲਵੋ ਕਿਸੇ ਤਰ੍ਹਾਂ ਸ਼ੇਸ਼ੀਆ ਮੈਤ ਨੂੰ ਕੰਟੈਂਪਰਾਨਾਮੈਂਟ ਪੀ ਵਿਓਲੇਸ਼ਨ ਕੇ ਕੰਪੋਰਟਨ ਨੂੰ ਪੈਰ ਦਿੱਤਾ ਜੀ ਪੁੰਤੀ 16 ਪਤੈਂਤੇ ਅਗਰ ਤੁਸੀਂ ਇੱਕ ਵਾਰ ਚ ਕਿੰਨੀਆਂ ਐਸੀਆਂ ਗਲਤੀਆਂ ਕਰਦੇ ਆ ਜਿਨ੍ਹਾਂ ਦੇ ਨਾਲ ਤੁਹਾਡੀਆਂ ਆਪਣੀਆਂ ਪੁੰਤੀਆਂ ਕੱਟ ਹੋ ਸਕਦੀਆਂ ਸੀ ਪਰਸਨ ਦੇ ਕੁਰਤਾਰੇ ਨਾਲ ਮਾਸਿਮੋ ਦੀ ਸੀ ਪੁੰਤੀ ਤੇ ਤੁਹਾਡੀਆਂ ਜ਼ਿਆਦਾ ਤੋਂ ਜ਼ਿਆਦਾ 10 ਪੁੰਤੀਆਂ ਕੱਟ ਸਕਦੇ ਆ ਫਾਲਸੋ ਕਿਉਂਕਿ 15 ਪੁੰਤੀਆਂ ਕੱਟ ਹੁੰਦੀਆਂ ਸਾਲਵੋ ਕਿਸੇ ਤਰ੍ਹਾਂ ਦੀ ਇਨਫਰੈਕਸ਼ਨ ਕੇ ਕੰਪੋਰਟ ਨੂੰ ਰਿਵੋਕਾ ਦੇ ਲਾ ਪਤੈਂਤੇ ਹਾਂ ਫਿਰ ਤੁਹਾਡੀ ਪੁੰਤੀ ਨਹੀਂ ਕੱਟ ਹੋਣੀ ਜੇ ਤੁਹਾਡਾ ਲਾਇਸੈਂਸ ਜ਼ਬਤ ਕਰ ਲੈਂਦੇ ਆ ਖੋਲ ਲੈਂਦੇ ਇਸ ਕਰਕੇ ਫਾਲਸੋ ਕਿ ਅਗਰ 15 ਪੁੰਤੀਆਂ ਹੋਣ ਜ਼ਿਆਦਾ 15 ਨਹੀਂ ਤਾਂ ਨਹੀਂ ਤੁਹਾਡਾ ਲਾਇਸੈਂਸ ਖੋਲਣਾ ਸੇਸੀ ਪੈਰ ਦੇ 2 ਅਨੀ ਸੇ ਪਰ 2 ਅਨੀ ਨੂੰ ਕਮੈਤੇ ਇਨਫਰੈਕਸ਼ਨ ਕੇ ਕੰਪੋਰਟ ਨੂੰ ਕਰ ਦਿੱਤਾ ਦੀ ਪੁੰਤੀ ਅਗਰ ਤੁਸੀਂ ਲਗਾਤਾਰ 2 ਸਾਲ ਲਈ ਨਹੀਂ ਕਰਵਾ ਦਾ ਕੁਝ ਅਗਰ ਲਗਾਤਾਰ 2 ਸਾਲ ਤੁਸੀਂ ਕੋਈ ਕੰਮ ਨਹੀਂ ਕਰਦੇ ਜਿੰਨਾ ਤੁਹਾਡੀਆਂ ਪੁੰਤੀਆਂ ਨਾ ਘਟਣ ਇਲ ਕੰਡੂਜੈਂਟੇ ਕਿ ਅਬੀ ਮੈਨੂੰ ਦੀ 20 ਪੁੰਤੀ ਜਿਹਦੇ ਕੋਲ 20 ਪੁੰਤੀਆਂ ਤੋਂ ਘੱਟ ਪੁੰਤੀਆਂ ਹੋਣ ਇਨ ਤਰ੍ਹਾਂ ਇਨ ਪ੍ਰੋਸੈਸ ਉਹ ਦੀ 30 ਪੁੰਤੀ ਉਹਦੇ ਕੋਲ ਟੋਟਲ 30 ਪੁੰਤੀਆਂ ਹੋ ਜਾਂਦੀਆਂ ਇਹ ਫਾਲਸ ਇਸ ਕਰਕੇ ਅਗਰ 20 ਤੋਂ ਘੱਟ ਹੋ ਤਾਂ ਤੁਹਾਡੇ ਕੋਲ 20 ਪੂਰੀਆਂ ਹੋਣੀਆਂ ਨਾ ਕਿ 30
Quando si ha esaurito la dotazione dei punti sulla patente, già tua patente di punti è cut. Il conducente viene revocata la patente. Una patente revocare ho detto che lei che racconta è falso. E scarica revoca ne candi. Uno candi è agito a una patente di revisione. E scarica è falso. Ora che perdita di punti della patente è da pahon fair e court. E tempo punti anche da che da cartoli. Superamento dei limiti di velocità oltre 10 km orari durante la guida comporta una perdita di punti. Agar jithe 50 di speed a utte tusi 60 di speed de turo, jithe 60 di speed a utte 10 di speed de turo. Je tusi 10 km di zyada di speed te jaande ho tuhaadiyan puntiyan kattundiyan. Jithe 50 di speed agar tusi 60 tak gaye tuhanu mool taana puntiyan kattundiyan. Mancato rispetto di alcune norme relative alla manovra di sorpasso comporta una perdita di punti. Mancato rispetto a Gartusi, una e due anni Ulangana Cardia, Jede, and the overtake manovra is overtake and Ulangana Cardia, da Usbili with Hadia Puntia Gatonia.